श्रीकाल जी, मैं पूजा संधू ते मेरे नाल हर वार दी तरह दविंदर मंड प्रोग्राम लेके हाजिर हाँ गल पंजाब दी। ते अज गल पंजाब दे विच हर वार दी तरह थानू एक नवे चेहरे दे नाल रूबरू करवावांगे। बिल्कुल, ते नवा चेहरा तो है पर देखो ओ कल्ले आए ने। अच्छा, पर उना दे कई रूप भी आए ने। ओ किदा? मैं दसदा जी। साडे विचकार अज मौजूद ने नीरज कौशिक जी, पेशे वजो वकील ने, और वकील दे नाल नाल ओ एक कलाकार ने, राइटर ने, डायरेक्टर ने, ते सब तो वड्डी गल जलंधर रंग मंच दे उहनां नूं बाबा बोहड कहा जांदा है। सत श्री अकाल सर जी, स्वागत है। सत श्री अकाल सर। सत श्री अकाल। की हाल चाल सर? वधिया वधिया, बहुत ठीक ठाक हो? बहुत धन्यवाद सर। गलबात शुरू करदे आ। सब तो पहला सवाल कि तुसीं वकील तां हो पर इस तों पहलां तुसीं इक कलाकार हो, ते कलाकारी जिहड़ी इह शुरू कित्थों होई? मतलब कलाकारी दा जिहड़ा आगाज़ हुंदा है, इह एक्टिंग तुसीं जिहड़ा इह सफ़र है, इह कित्थों शुरू हुंदा है? एक्चुअल ये आप समझिए कि मैं पहली बारी एक्ट स्टेज ते या अदरवाइज ऑडियंस इस दिमाग नाल के मैं एक्टिंग कर रहा वो APJ स्कूल तो ही शुरू होया जी। और उदे पिछे मेरा मित्र केशव दुबे कल्परेट हुआ, असी दोनों काफ़ी अच्छे दोस्त थे। उनू शुरू तो थिएटर का भी शौक से, दूरदर्शन के भी वह प्ले कर रहा था। सत्तवीं की गल है ਤਾਂ ਇੱਕ ਅੰਧੇਰ ਨਗਰੀ ਚੌਪਟ ਰਾਜਾ ਪੁਸ਼ਪਾ ਦੱਤ ਮੈਡਮ ਕਰ ਰਹੇ ਸੀਗੇ ਉਦੋਂ APJ ਦੇ ਵਿੱਚ, ਨਾਟਕ ਬਹੁਤ ਫੇਮਸ ਸੀਗਾ, ਪਰ ਉਹਦੇ 'ਚ ਇੱਕ ਛੋਟਾ ਹਲਵਾਈ ਦਾ ਇੱਕ ਕਰੈਕਟਰ ਚਾਹੀਦਾ ਸੀ। ਤਾਂ ਸ਼ਾਇਦ ਮੈਂ ਹਲਵਾਈ ਲੱਗਦਾ ਹੋਊਂ ਜਾਂ ਮੈਡਮ ਨੂੰ ਉਸ ਵੇਲੇ ਇੱਕ ਬੰਦਾ ਚਾਹੀਦਾ ਸੀਗਾ ਜੀ, ਪਰ ਜਿਹਨੇ ਕਦੀ ਪਹਿਲਾਂ ਰੰਗਮੰਚ ਨਾ ਕੀਤਾ ਹੋਵੇ ਜਾਂ ਇੱਕ ਪਹਿਲਾ ਐਕਸਪੀਰੀਅੰਸ ਲਈ, ਕੋਈ ਬੰਦਾ ਇਹ ਨਹੀਂ ਸੋਚਦਾ ਕਿ ਰੋਲ ਕਿੱਦਾਂ ਦਾ ਮਿਲਿਆ, ਛੋਟਾ ਮਿਲਿਆ, ਵੱਡਾ ਮਿਲਿਆ ਕੀ ਹੈ। ਉਹਨੂੰ ਐਸੀ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਕਿਸੇ ਨੇ ਇਸ ਕੈਪੇਬਲ ਸਮਝਿਆ ਕਿ ਮੈਂ ਵੀ ਨਾਟਕ ਕਰ ਸਕਦਾ ਜਾਂ ਐਕਟਿੰਗ ਕਰ ਸਕਦਾ। ਉਸ ਤੋਂ ਪਹਿਲਾਂ ਮੇਰੇ ਦਿਮਾਗ 'ਚ ਕਦੀ ਐਕਟਿੰਗ ਦਾ ਨਹੀਂ ਸੀ। ਉਹ ਅਲੱਗ ਗੱਲ ਸੀ ਕਿ ਸ਼ੁਰੂ ਤੋਂ ਹੀ ਬੁੱਲੀ ਰਿਹਾ ਆਪਣੇ ਕਜ਼ਨਸ ਦੇ ਵਿੱਚ ਵੀ ਜਾਂ ਬਾਕੀਆਂ ਦਾ ਵਿੱਚ ਵੀ, ਫੋਕਸ ਰਹਿਣ ਦੀ ਆਦਤ ਹੈ ਸ਼ੁਰੂ ਤੋਂ ਹੀ, ਨੱਚਣ ਟੱਪਣ ਦੀ ਜਾਂ ਗੱਲਾਂ ਬਾਤਾਂ ਮਾਰਨ ਦੀ, ਉਹ ਅਲੱਗ ਗੱਲ ਸੀ। ਪਰ ਦਿਮਾਗ ਦੇ ਵਿੱਚ ਉਸ ਤੋਂ ਪਹਿਲਾਂ ਕਦੀ ਇਹ ਨਹੀਂ ਆਇਆ ਸੀਗਾ ਕਿ ਮੈਂ ਵੀ ਇੱਕ ਕਲਾਕਾਰ ਦੇ ਤੌਰ 'ਤੇ ਬਣਾਂਗਾ। ਉਹ ਤਾਂ ਯਾਰੀ ਦੋਸਤੀ 'ਚ ਚਲਾ ਗਿਆ ਜੀ। ਮਜ਼ੇਦਾਰ ਗੱਲ ਇਹ ਹੋਈ ਕਿ ਉਹ ਹਲਵਾਈ ਦਾ ਡਾਇਲੈਕਟ ਤੇਰਾ ਦੋ ਸੀਗੇ, ਹੈ ਨਾ, ਇੱਕ ਉਹ ਖਰੌਂਚਾ ਮਾਰਦਾ ਆ, ਹਾਂਜੀ, ਹੈ ਨਾ, ਟਕੇ ਪਾਓ ਭਾਜੀ, ਟਕੇ ਸਿਰ ਭਾਜੀ, ਟਕੇ ਸਿਰ ਖਾ ਜਾ, ਮਤਲਬ ਉਹ ਇੱਕ ਆਹ ਇੱਕ ਡਾਇਲੈਕਟ ਬੋਲਦਾ ਹੁੰਦਾ। ਤਾਂ ਇੱਕ ਪਤਾ ਨਹੀਂ ਸਮੋਸਾ ਗਰਾਮ ਕੁਛ ਇੱਦਾਂ ਦਾ ਸਮਥਿੰਗ, ਆਹ ਦੋ ਡਾਇਲੈਕਟ ਸੀਗੇ ਮੇਰੇ ਸਾਰੇ। ਪਲੇਅ ਲੰਬਾ ਸੀਗਾ, ਐਡਿਟ ਕਰਕੇ ਵੀ 35-40 ਮਿੰਟ ਦਾ, ਬੱਚਿਆਂ ਦੇ ਪੁਆਇੰਟ ਆਫ ਵਿਊ ਨਾਲ ਇੱਕ ਲੰਬਾ ਪਲੇਅ ਸੀਗਾ। ਤਾਂ ਪਰ ਮੇਰੀ ਪੋਜੀਸ਼ਨਿੰਗ ਜਿਹੜੀ ਸੀ ਨਾ ਉਹ ਬਹੁਤ ਅੱਛੀ ਸੀਗੀ ਨਾ ਸਟੇਜ 'ਤੇ ਜੀ। ਸੈਂਟਰ 'ਤੇ ਹਲਵਾਈ ਨੂੰ ਬਿਠਾਇਆ ਸੀਗਾ, ਉਹ ਪਰਮਾਨੈਂਟ ਆਦਮੀ, ਉਹ ਜੇ 35 ਮਿੰਟ ਪਲੇਅ ਚੱਲਿਆ ਤਾਂ 35 ਮਿੰਟ ਹਲਵਾਈ ਜ਼ਰੂਰ ਹੁੰਦਾ ਸੀਗਾ, ਖਰੌਂਚਾ ਮਾਰ ਰਿਹਾ ਨਹੀਂ ਮਾਰ ਰਿਹਾ, ਕਰ ਰਿਹਾ ਨਹੀਂ ਕਰ ਰਿਹਾ। ਔਰ ਉਹਨੂੰ ਕਿਉਂਕਿ ਐਲੀਵੇਟਿਡ ਜਗ੍ਹਾ 'ਤੇ ਕੀਤਾ ਤਾਂ ਹਰ ਬੰਦਾ ਉਹਦੇ ਅੱਗੇ ਛੋਟਾ ਲੱਗਦਾ ਸੀਗਾ, ਹੈ ਨਾ, ਆਡੀਅੰਸ ਤਾਂ ਥੱਲੇ, ਆਰਟਿਸਟ ਜਿਹੜਾ ਉਹ ਕੋਈ ਇੱਧਰੋਂ ਆ ਰਿਹਾ ਅੱਗੇ ਆ, ਉਦੋਂ ਡਾਊਨ ਸਟੇਜ ਅਪ ਸਟੇਜ ਦੀਆਂ ਤਾਂ ਨਹੀਂ ਪਤਾ ਲੱਗਦੀਆਂ ਸੀ, ਆਪਣੀ ਪੋਜੀਸ਼ਨ ਲੱਗਦਾ ਸੀ ਲੈ ਮੈਂ ਰੱਬ ਮੰਗਰ ਪਤਾ ਨਹੀਂ ਬੈਠਾ ਹਾਂ ਤਾਂ ਬਾਕੀ ਸਾਰੇ। ਇੱਕ ਫੀਲਿੰਗ ਉਹ ਜਿਹੜੀ ਮੰਚ ਦੀ ਆ, ਉਹ ਪਹਿਲੀ ਵਾਰੀ ਜਦੋਂ ਉਹ ਪਰਫੋਰਮ ਕੀਤਾ ਤਾਂ ਲੱਗਾ ਕਿ ਇੱਕ ਪਾਵਰ ਹੈ ਇਸ ਗੱਲ 'ਤੇ। ਹਾਲੇ ਉਹ ਪਤਾ ਨਹੀਂ ਆਡੀਅੰਸ ਦੇ ਤੌਰ 'ਤੇ ਉਹ ਹੱਸਦੇ ਹੀ ਹੋਣਗੇ ਜਦੋਂ ਮੈਂ ਬੋਲਿਆ, ਲੇਕਿਨ ਜਦੋਂ ਰਿਸਪੋਂਸ ਆਉਂਦਾ ਸੀ ਜਾਂ ਉਹ ਜਿਸ ਢੰਗ ਨਾਲ ਬੋਲਣ ਨਾਲ ਜਾਂ ਖਰੌਂਚਾ ਮਾਰ ਕੇ ਗੱਲ ਕਰਨ ਦਾ, ਤਾਂ ਉਹ ਵੀ ਇੱਕ ਮੈਜਿਕ ਲੱਗਾ ਕਿ ਇੱਕ ਅਟੈਚਮੈਂਟ ਜਿਹੜੀ ਆਡੀਅੰਸ ਦੇ ਨਾਲ ਹੁੰਦੀ ਆ 1-to-1, ਹੈ ਨਾ, ਉਹ ਇੱਕ ਕ੍ਰੀਏਟ ਜਿਹੀ ਲੱਗੀ ਕਿ ਕੁਛ ਹੋਰ ਹੀ ਚੀਜ਼ ਹੈ। ਇਹ ਇੱਕ ਪਲੇਅ ਕੀਤਾ, ਉਸ ਤੋਂ ਬਾਅਦ ਇੱਕ ਹਰੀ ਮਿਰਚ ਨਾਟਕ ਸੀ, ਫਿਰ ਕੇਸ਼ਵ ਦੁਬੇ ਨੂੰ ਇੱਕ ਹੋਰ ਲੜਕਾ ਜਿਹੜਾ ਆਲਰੇਡੀ ਹੁਣ ਮੈਡਮ ਨੇ ਸਿਲੈਕਟ ਕੀਤਾ ਸੀਗਾ, ਉਹ ਹੀ ਵਾਂਟਿਡ ਟੂ ਅਵੋਇਡ ਹਿਮ, ਤਾਂ ਮੈਨੂੰ ਨਾਲ ਲੈ ਗਿਆ, ਕਹਿੰਦਾ ਮੈਡਮ ਦੇਖੋ ਕਿੰਨਾ ਅੱਛਾ ਉਹਨੇ ਪਿਛਲੇ ਵਜੇ, ਇਹਨੂੰ ਟਰਾਈ ਕਰੋ, ਤੀਜਾ ਕਰੈਕਟਰ ਇਹ ਕਰੇਗਾ, ਬਹੁਤ ਅੱਛਾ ਕਰਦਾ ਹੈ। ਮੈਡਮ ਨੇ ਬੁਲਾ ਕੇ ਦੇਖਿਆ, ਮੈਂ ਕਿਤੇ ਮੈਂ ਤਾਂ ਸੁਭਾਵਨ ਜਿੱਦਾਂ ਹੈ ਉਦੋਂ ਬੋਲ ਗਿਆ ਕਰ ਗਿਆ, ਉਹਨਾਂ ਨੇ ਵੀ ਫੇਲ ਲੱਗਾ ਕਿ ਠੀਕ ਹੈ ਸ਼ਰਾਰਤੀ ਜਿਹੇ ਮੁੰਡੇ ਦਾ ਰੋਲ ਹੈਗਾ ਆ ਬੱਚੇ ਦਾ, ਤਾਂ ਇਹਨੂੰ ਦੇ ਦਿੰਦੇ ਹਾਂ ਜੀ। ਅਗੇਨ ਇੱਕ ਉਹ ਜਿਹੜਾ ਮੈਜਿਕ ਉਦੋਂ ਆਡੀਅੰਸ ਨਾਲ ਕ੍ਰੀਏਟ ਹੋਇਆ, ਉਸੀ ਸ਼ਖਸ ਨੇ ਕੇਸ਼ਵ ਦੁਬੇ ਨੇ ਮੈਨੂੰ ਦੂਰਦਰਸ਼ਨ ਨਾਲ ਇੰਟਰੋਡਿਊਸ ਕਰਾਇਆ, ਕਿਉਂਕਿ ਉਹ ਟੋਮ ਸਵਾਇਰ ਦੇ ਜਿਹੜੀ ਇੰਗਲਿਸ਼
ਹੈਗੀ ਆ ਉਹ ਉਹਦੀ ਰੂਪਾਂਤਰ ਨਾਟਕ ਚੱਲ ਰਿਹਾ ਸੀ ਤਾਂ ਉਹਦੇ 'ਚ ਜਿਹੜੇ ਕਲਾਸ ਫਰੈਂਡਸ ਉਹਦੇ ਦੋਸਤ ਹੁੰਦੇ ਆ ਨਾ ਉਹਨਾਂ 'ਚੋਂ ਇੱਕ ਦੋਸਤ ਦਾ ਕਰੈਕਟਰ ਮੈਨੂੰ ਵੀ ਵਿੱਚ 11 ਐਪੀਸੋਡ ਦਾ ਸੀਗਾ ਅਤੇ 4-5 ਐਪੀਸੋਡ ਮੇਰੀ ਅਪੀਅਰੈਂਸ ਹੀ ਹੁੰਦੀ ਸੀ ਕਦੇ ਅੜਕੇ ਡਾਇਲੋਗ ਹੁੰਦਾ ਸੀ ਪਰ ਉਹ ਫਿਰ ਲਾਈਟਾਂ ਜਿੱਦਾਂ ਤੁਹਾਡੇ ਹੈ ਸਟੂਡੀਓ 'ਚ ਵੱਡਾ ਜਿਹਾ ਸਟੂਡੀਓ ਦੂਰਦਰਸ਼ਨ ਦਾ ਉਹ ਕਿਹਾ ਕਿ ਇਹ ਤਾਂ ਕੋਈ ਚੀਜ਼ ਹੀ ਕੁਛ ਹੋਰ ਹੈ ਮੈਜਿਕ ਹੀ ਕੁਛ ਹੋਰ ਹੈ ਸਰ ਕਿਹੜੇ ਸਮ ਦੀ ਗੱਲ ਹੈ ਦੂਰਦਰਸ਼ਨ ਦੀ ਹੈ ਇੱਦਾਂ ਹੈ ਨਾ ਫਿਰ ਤੁਸੀਂ ਮੇਰੀ ਉਮਰ 'ਤੇ ਆਉਣਾ ਚਾਹੋਗੇ ਮੈਂ ਆਈ ਵੋਂਟ ਗੈਟ ਮਾਈਸੈਲਫ ਟ੍ਰੈਪਡ ਇਨਟੂ ਦੈਟ ਗਿਆ ਤਾਂ ਉੱਥੇ ਉਹਨਾਂ ਨੇ ਫਿਰ ਮੈਨੂੰ ਕਿਹਾ ਆਡੀਸ਼ਨ ਦੇ ਦਿਓ ਜੀ ਫਿਰ ਆਡੀਸ਼ਨ ਦੇ ਦਿੱਤੀ ਆਡੀਸ਼ਨ ਵੀ ਕਲੀਅਰ ਹੋ ਗਿਆ ਜੀ ਉੱਥੇ ਚੰਨੀ ਪਰ ਮੇਨ ਗੱਲ ਇਹ ਸੀ ਕਿ ਜਦੋਂ ਤੀਜਾ ਪਲੇ ਕਰ ਰਿਹਾ ਸੀਗਾ ਮੈਂ ਦੂਰਦਰਸ਼ਨ ਆਪਣੇ APH 'ਚ ਉੱਥੇ ਚੰਨੀ ਸਾਹਿਬ ਆਏ ਹੋਏ ਸੀਗੇ ਉਹ ਗੁਰਚਰਨ ਚੰਨੀ ਦੂਰਦਰਸ਼ਨ ਦੇ ਕਾਫੀ ਰਿਸਪੈਕਟੇਬਲ ਉਸ ਵੇਲੇ ਡਾਇਰੈਕਟਰ ਸੀਗੇ ਉਹ ਸੀ ਨੌਕਰ ਦਾ ਰੋਲ ਉਦੋਂ ਪੈ 3-4 ਕਿਸ਼ਤਾਂ ਦਾ ਪੀਲੇ ਪੱਤਿਆਂ ਦੀ ਦਾਸਤਾਂ ਨਾਟਕ ਸੀਗਾ ਉਹਦੇ 'ਚ ਵਿਨੋਦ ਤੀਰ ਵੀਨਾ ਤੀਰ ਸੁਨੀਤਾ ਦੀ ਜਿਹੜੀ ਬਾਅਦ 'ਚ ਬਦਲਾ ਜੱਟੀ ਦਾ ਨਾਲ ਉਹਦਾ ਵੀ ਉਹ ਪਹਿਲਾ ਨਾਟਕ ਸੀਗਾ ਤਾਂ ਉਹਦੇ 'ਚ ਇੱਕ ਨੌਕਰ ਦਾ ਛੋਟੇ ਜਿਹੇ ਨੌਕਰ ਦਾ ਕਰੈਕਟਰ ਚਾਹੀਦਾ ਸੀ ਤਾਂ ਪਰ ਸੀ ਮੇਜਰ ਇੰਪੋਰਟੈਂਟ ਮੈਨੂੰ ਜਿੱਦਾਂ ਸਮਝਾਇਆ ਚੰਨੀ ਸਾਹਿਬ ਨੇ ਬੜੇ ਪਿਆਰ ਨਾਲ ਸਮਝਾਇਆ ਮੈਨੂੰ ਤਾਂ ਲੱਗਦਾ ਸੀ ਕਿ ਮੈਂ ਹੀ ਸ਼ਾਇਦ ਨਾਇਕ ਹਾਂ ਉਹਦੇ ਜਿਸ ਢੰਗ ਨਾਲ ਤਾਂ ਬੜਾ ਚੰਗਾ ਲੱਗਾ ਉਹ ਨਾਟਕ ਕੀਤਾ ਉਹਦੇ ਸੀ ਵੀ ਇਹ ਕਿ ਹਸਬੈਂਡ ਬਿਕੋਜ਼ ਆਫ ਦ ਥਰਡ ਐਂਗਲ ਹਸਬੈਂਡ ਵਾਈਫ ਦੇ ਵਿੱਚ ਫਰਿਕਸ਼ਨ ਹੁੰਦੀ ਹੈ ਔਰ ਉਹ ਵਾਈਫ ਨੂੰ ਕੁੱਟਦਾ ਮਾਰਦਾ ਆ ਬਿਕੋਜ਼ ਆਫ ਐਕਸਟਰਾ ਮੈਰੀਟਲ ਰਿਲੇਸ਼ਨ ਦੇ ਨਾਲ ਤਾਂ ਉਹ ਇਹ ਵਿਚਾਰਾ ਅਨਪੜ੍ਹ ਹੁੰਦਾ ਆ ਤਾਂ ਇਹ ਹੋਰ ਉਹਦੇ ਕੋਲ ਮਾਤਾ ਕੋਲ ਉਹਦੇ ਕੋਲ ਜਿਹੜੀ ਵਾਈਫ ਕੋਲ ਕੋਈ ਨਹੀਂ ਹੁੰਦਾ ਤਾਂ ਇਹਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦੀ ਹੈ ਬੱਚੇ ਨੂੰ ਹੈ ਨਾ ਇਹ ਸ਼ਾਰਪ ਹੁੰਦਾ ਆ ਤਾਂ ਇਹ ਚਿੱਠੀ ਲਿਖਣਾ ਸਿੱਖ ਸ਼ੁਰੂ ਕਰ ਦਿੰਦਾ ਲਿਖਣਾ ਲੁਖਣਾ ਸਿੱਖ ਜਾਂਦਾ ਹੈ ਨਾ ਉਹਨੂੰ ਮਾਂ ਮੰਨਦਾ ਹੁੰਦਾ ਕਿਉਂਕਿ ਆਪ ਤਾਂ ਆਪਣੇ ਪਿੰਡੋਂ ਸਭ ਕੁਝ ਛੱਡ ਕੇ ਆਇਆ ਹੁੰਦਾ ਤਾਂ ਉਹ ਜਦੋਂ ਕੁੱਟਦਾ ਮਾਰਦਾ ਮਾਲਕ ਹੈ ਤਾਂ ਉਹਨੂੰ ਚੰਗਾ ਨਹੀਂ ਲੱਗਦਾ ਤਾਂ ਉਹ ਫਿਰ ਉਹਦੀ ਸੱਸ ਨੂੰ ਹੈ ਨਾ ਉਹਦੀ ਹਸਬੈਂਡ ਦੀ ਵਾਈਫ ਮਦਰ ਨੂੰ ਉਹਨੂੰ ਚਿੱਠੀ ਲਿਖਦਾ ਆ ਉਹ ਚਿੱਠੀ ਦਾ ਉਹਨਾਂ ਨੇ ਡਿਜ਼ੋਲਵ ਸ਼ੋਟਸ ਬੜੇ ਸੋਹਣੇ ਲਾਏ ਹੋਏ ਸੀਗੇ ਕਿ ਮੈਂ ਰੋ ਕੇ ਬੋਲ ਰਿਹਾ ਹੈ ਉਹ ਫਿਰ ਮਾਂ ਆਉਂਦੀ ਆ ਹੈ ਨਾ ਉਹ ਆ ਕੇ ਪੁੱਛਦੀ ਆ ਦੇਖਦੀ ਹੈ ਸੋ ਮੈਨੂੰ ਤਾਂ ਦੱਸਿਆ ਕਿ ਤੂੰ ਹੀ ਨਾਇਕ ਹੈ ਜਿਹੜੇ ਤੇਰੇ ਕਾਰਨ ਹੀ ਸਾਰਾ ਕੁਛ ਰਿਜ਼ੋਲਵ ਹੋ ਰਿਹਾ ਤਾਂ ਸਭ ਕੁਛ ਐਨ ਆਲ ਦੈਟ ਇੱਕ ਢੰਗ ਸੀਗਾ ਉਹਦਾ ਦੱਸਣ ਦਾ ਚੰਨੀ ਸਾਹਿਬ ਦੇ ਦੱਸਣ ਦਾ ਤਾਂ ਮੈਨੂੰ ਵੀ ਬੜਾ ਅੱਛਾ ਲੱਗਾ ਹੁਣ ਸਾਨੂੰ ਕੀ ਪਤਾ ਕਿ ਘਰ ਵਾਲਿਆਂ ਨੇ ਜਦੋਂ ਨਾਟਕ ਦੇਖਣਾ ਤਾਂ ਉਹਨਾਂ ਦਾ ਰਿਸਪੋਂਸ ਕੁਛ ਹੋਰ ਹੋਣਾ ਬਾਕੀ ਸਾਰਿਆਂ ਦਾ ਤਾਂ ਚੰਗਾ ਹੀ ਸੀ ਪਰ ਮੇਰੀ ਦਾਦੀ ਵਿਚਾਰੀ ਸ਼ੀ ਵਾਜ਼ ਓਲਡ ਫੈਸ਼ਨਡ ਜੀ ਤਾਂ ਅਸੀਂ ਸਾਰੇ ਸੱਚ ਧੱਜ ਕੇ ਆਏ ਕਿ ਜੀ ਪਹਿਲੇ ਛੋਟੇ ਮੋਟੇ ਰੋਲ ਨੂੰ ਕੋਈ ਸੀਰੀਅਸਲੀ ਨਹੀਂ ਲੈਂਦਾ ਸੀ ਇਹ ਮੈਂ ਵੀ ਦੱਸਿਆ ਸੀਗਾ ਜ਼ਰੂਰ ਦੇਖੋ ਜੀ ਮੇਰਾ ਬਹੁਤ ਇੰਪੋਰਟੈਂਟ ਆ 4 ਕਿਸ਼ਤਾਂ ਦਾ ਆਉਣਾ ਉਹ ਮੈਨੂੰ ਦੂਜੀ ਕਿਸ਼ਤ ਦੇ ਵਿੱਚ ਹੀ ਹਫ਼ਤੇ 2 ਵਾਰ ਉਦੋਂ ਆਉਂਦੇ ਸੀ ਨਾਟਕ ਤਾਂ ਜਿਹੜੀ ਸੈਕਿੰਡ ਐਪੀਸੋਡ ਜਦੋਂ ਆਇਆ ਉਹ ਮੈਨੂੰ ਥੱਪੜ ਮਾਰਦੇ ਆ ਦਾਦੀ ਜੀ ਮੇਰਾ ਮਾਲਕ ਅੱਛਾ ਜੀ ਕਿਉਂਕਿ ਮੈਂ ਚਿੱਠੀ ਲਿਖ ਦਿੱਤੀ ਉਹਨੂੰ ਪਤਾ ਲੱਗ ਗਿਆ ਕਿ ਮੈਂ ਚਿੱਠੀ ਲਿਖੀ ਆ ਉਹ ਇਸ ਕਰਕੇ ਉਹ ਆ ਰਹੀ ਆ ਉਹ ਕਹਿੰਦੀ ਮੈਂ ਆ ਰਹੀ ਹਾਂ ਮੈਨੂੰ ਸਟੇਸ਼ਨ 'ਤੇ ਲੈਣਾ ਜੀ ਉਹਨੂੰ ਪਤਾ ਲੱਗਦਾ ਕਿੱਦਾਂ ਕੌਣ ਚਿੱਠੀ ਲਿਖ ਸਕਦਾ ਤਾਂ ਨੈਚੁਰਲੀ ਇਹਨੇ ਤਾਂ ਲਿਖੀ ਨਹੀਂ ਉਹਨੂੰ ਥੱਪੜ ਮਾਰਦਾ ਜੀ ਹੁਣ ਮਾਏ ਪੂਅਰ ਗ੍ਰੈਂਡ ਮਦਰ ਹੈ ਨਾ ਉਹ ਵਿਚਾਰੀ ਨੂੰ ਇਹ ਗੱਲਾਂ ਨਹੀਂ ਕਿ ਵੇ ਸੱਚ ਆ ਕਿ ਝੂਠ ਆ ਕੀ ਚੱਲਦਾ ਥੱਪੜ ਪੈਂਦੇ ਆ ਕਿ ਨਹੀਂ ਪੈਂਦੇ ਉਹ ਕਹਿੰਦੇ ਦਾਦੇ ਮੰਗਾਉਣੇ ਜੇ ਅਸੀਂ ਨਹੀਂ ਭੇਜਣਾ ਆਪਣੇ ਮੁੰਡੇ ਨੂੰ ਦੂਰਦਰਸ਼ਨ ਹੱਦ ਹੈ ਨੋਟੇ ਜਿਹਾ ਮੁੰਡਾ ਇੰਨਾ ਥੋੜ੍ਹਾ ਮੇਰਾ ਪੋਤਾ ਆ ਕਿਉਂਕਿ ਇੱਕ ਤਾਂ ਪਹਿਲਾਂ ਨੌਕਰ ਬਣਾ ਦਿੱਤਾ ਉੱਤੋਂ ਜਾ ਕੇ ਥੱਪੜ ਮਾਰਦੇ ਮੇਰੇ ਫਾਦਰ ਵਾਸ 42 ਵੈਨ ਆਈ ਵਾਸ ਬੋਰਨ ਸੋ ਸਮਝ ਲਓ ਉਦੋਂ ਸ਼ੀ ਵਾਸ ਅਬਾਊਟ 70-75 ਕਰੀਬ ਹੋਣੇ ਉਦੋਂ ਨੈਚੁਰਲੀ ਉਹ ਤਾਂ ਪੂਰਾ ਰਸਟਿਕ ਮਦਨ ਮਾਈ ਫਾਦਰਸ ਨੇਮ ਵਾਸ ਮਦਨ ਗੋਪਾਲ ਮਦਨ ਮੈਂ ਤੁਹਾਨੂੰ ਦੱਸ ਦਿੱਤਾ ਇਹਨੂੰ ਦੂਰਦਰਸ਼ਨ ਨਹੀਂ ਭੇਜਣਾ ਐਨੀਵੇ ਹੌਲੀ ਹੌਲੀ ਪਾਪਾ ਵੀ ਲਿਬਰਲ ਉਸ ਪੁਆਇੰਟ 'ਤੇ ਸੀ ਕਿ ਚਲੋ ਬੱਚਾ ਕੁਛ ਸ਼ੌਕ ਕਰ ਰਿਹਾ ਦੂਰਦਰਸ਼ਨ ਕੰਟੀਨਿਊ ਰਿਹਾ APJ ਕੀਤਾ ਫਿਰ
डी ए वी कॉलेज चले गए। डी ए वी कॉलेज भी उत्थे उन्हां दी थिएटर टीम जिहड़ी हैगी आ उहदे च फैसटिवल यूथ फैसटिवल कीता जी, कलर होल्डर रहे जिते भी, फिर लॉ हिम्मत नहीं सी जिहड़ी गल मैं तुहानूं दस्सदा कि इच्छा हो गई, मैजिक क्रिएट हो गया, ऑडियंस और कैमरा फेस करना अच्छा लगता सी राइट। बट एक ट्रडिशनल फैमिली, एक जिन्हों एक है ना हर चीज़ स्पिक एंड स्पैन टाइप बंदे जड़े है ना, पापा बीइंग अ लॉयर, उन्होंने भी और घर वाले दे दिमाग दे विच भी इनू अज तो 30-40 साल पहला कोई बहुत ही अच्छी चीज़ नहीं। अजकल तो बच्चों के स्पेशली पेरेंट्स जाके कहते हैं हाँ कराओ जी ये सिखाओ ये करो, तो उदन उदों गाना बजाना का मतलब सिर्फ यही होंदा सीगा कि थोड़े जिहड़ा ਵਿਆਹਾਂ ਸ਼ਾਦੀਆਂ ਦੇ ਵਿੱਚ ਤੁਸੀਂ ਆਪ ਜਿਹੜੇ ਆਪਣੇ ਜਿਹਨੂੰ ਆਪਾਂ ਅੱਜ ਅੱਜ ਲੇਡੀ ਸੰਗੀਤ ਔਰ ਹੁਣ ਆਪਾਂ ਡਾਂਸ ਐਂਡ ਡਿਨਰ ਬਣਾਉਂਦੇ ਹਾਂ, ਉਸਦੇ ਜਿਹੜੇ ਆਪਣੇ ਤੁਸੀਂ ਟੈਲੈਂਟ ਦਿਖਾਉਣੇ ਆ, ਜਾਂ ਬੱਚਿਆਂ ਦੇ ਜਨਮ ਦਿਨ 'ਤੇ ਜਿਹੜੇ ਬੱਚਿਆਂ ਨੇ ਕੁਛ ਆਪਣੇ ਆ ਕਵਿਤਾ ਸੁਣਾਤੀ ਇਹ ਕਰਤੀ ਉਹ ਕਰਤੀ, ਉਹ ਟੈਲੈਂਟ ਹੁੰਦਾ ਜੀ। ਸਰ ਆਪਾਂ ਜਿਹੜੀ ਵਾਰਤਾਲਾਪ ਜਾਰੀ ਰੱਖਦੇ ਹਾਂ ਪਰ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਜੀ, ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ, ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੀ, ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਨੀਰਜ ਕੌਸ਼ਿਕ ਜੀ, ਜਿਹੜੇ ਕਿ ਵਕੀਲ ਵੀ ਨੇ ਤੇ ਰੰਗ ਮੰਚ ਦੇ ਨਾਲ ਵੀ ਜੁੜੇ ਹੋਏ ਨੇ, ਕਲਾਕਾਰ ਨੇ, ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਚੱਲ ਰਿਹਾ ਹੈ, ਗੱਲਬਾਤ ਅਸੀਂ ਅੱਗੇ ਜਾਰੀ ਕਰਦੇ ਹਾਂ। ਸਰ ਗੱਲ ਚੱਲ ਰਹੀ ਸੀ ਦੂਰਦਰਸ਼ਨ ਦੇ ਐਕਸਪੀਰੀਅੰਸ ਦੀ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਸਾਨੂੰ ਦੱਸੀਆਂ ਨੇ, ਤੇ ਦੂਰਦਰਸ਼ਨ ਦੇ ਬਾਰੇ ਹੁਣ ਆਪਾਂ ਗੱਲ ਕਰੀਏ, ਤੇ ਉਸ ਤੋਂ ਬਾਅਦ ਕਿੰਨਾ ਸਮਾਂ ਦੂਰਦਰਸ਼ਨ ਦੇ ਵਿੱਚ ਕੰਮ ਕੀਤਾ ਤੁਸੀਂ, ਤੇ ਕਿਹੜੇ ਕਿਹੜੇ ਸੀਰੀਅਲ ਜਾਂ ਫਿਰ ਕੋਈ ਹੋਰ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣਾ ਯੋਗਦਾਨ ਪਾਇਆ? ਦੂਰਦਰਸ਼ਨ ਨਾਲ ਤਾਂ ਮੇਰਾ ਬਹੁਤ ਇਨਫੈਕਟ ਬਹੁਤ ਇੰਟਰਸਟਿੰਗ ਔਰ ਬਹੁਤ ਕ੍ਰੀਏਟਿਵ ਪੀਰੀਅਡ ਗੁਜ਼ਰਿਆ ਐਜ਼ ਅ ਚਾਈਲਡ ਆਰਟਿਸਟ, ਜਿੱਦਾਂ ਬੇਸ਼ੱਕ ਆਈ ਸਟਾਰਟਡ ਆਫ ਔਰ ਉਸ ਤੋਂ ਬਾਅਦ ਆਡੀਸ਼ਨਸ ਵਗੈਰਾ ਤੋਂ ਬਾਅਦ ਆਪੀਲੇ ਪਤੇ ਨੂੰ ਦੱਸਦਾ ਤੋਂ ਬਾਅਦ ਰੈਗੂਲਰਲੀ ਉੱਥੇ ਫਿਰ ਪਲੇ ਕੀਤੇ, ਜਦ ਤੱਕ ਮੈਂ ਦਿੱਲੀ ਨਹੀਂ ਗਿਆ ਲੋਅ ਕਰਨ ਲਈ ਤਦ ਤੱਕ ਰੈਗੂਲਰਲੀ ਇੱਥੇ ਤਕਰੀਬਨ ਹਰ ਅੱਛੇ ਡਾਇਰੈਕਟਰ ਜਿਹੜੇ ਵੀ ਕਰਦੇ ਸੀ ਉਹਨਾਂ ਸਾਰਿਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਦਿੱਲੀ ਗਿਆ, ਦਿੱਲੀ ਦੂਰਦਰਸ਼ਨ ਵੀ ਥੋੜ੍ਹਾ ਬਹੁਤਾ ਕੀਤਾ ਪਲੇਸ ਕੀਤੇ, ਲੇਕਿਨ ਉੱਥੇ ਵੀ ਥੀਏਟਰ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ, ਕੈਂਪਸ ਲੋਅ ਸੈਂਟਰ ਜਿੱਦਾਂ ਆਪਣੇ ਉਹਨਾਂ ਦੇ ਕੁਝ ਮਾਈਮਸ ਕਰ ਲਈਆਂ, ਇਹ ਕਰ ਲਿਆ ਉਹਦਾ ਕਰ ਲਿਆ, ਛੋਟੇ ਮੋਟੇ ਸ਼ਾਰਟ ਪਲੇਸ ਕਰ ਲਏ ਕਿਉਂਕਿ ਪੂਰਾ ਥੀਏਟਰ ਉੱਥੇ ਉਹਨਾਂ ਬਾਕੀਆਂ ਨੂੰ ਲੋਅ ਕਾਲਜ ਦੇ ਸਟੂਡੈਂਟਸ ਨੂੰ ਉਹਨਾਂ ਨਹੀਂ ਸ਼ੌਕ ਸੀਗਾ ਤੋ ਕੀਪਿੰਗ, ਬਟ ਜਦੋਂ ਹੀ ਵਾਪਸ ਆਇਆ ਤਾਂ ਫਿਰ ਇਹ ਹੁਣ ਪਿਤਾ ਜੀ ਚਾਹੁੰਦੇ ਸੀਗੇ ਕਿ ਵਕਾਲਤ ਕਰਾਂ, ਤਾਂ ਮੇਰੇ ਦਿਮਾਗ 'ਚ ਐਕਟਿੰਗ ਚੰਗੀ ਤਰ੍ਹਾਂ ਫਸੀ ਹੋਈ ਸੀ। ਕੁਛ ਸਰਕਮਸਟਾਂਸਿਸ ਐਸੇ ਹੋ ਗਏ ਕਿ ਮੈਨੂੰ ਮੈਂ ਫੋਰਸ ਨਹੀਂ ਕਰ ਸਕਦਾ ਸੀਗਾ, ਅਨਫੋਰਚੁਨੇਟਲੀ 1992 ਦੇ ਵਿੱਚ ਮਦਰ ਐਕਸਪਾਇਰ ਕਰ ਗਏ, ਤਾਂ ਉਦੋਂ ਫਿਰ ਉਹ ਜਿਹੜੀ ਮਨ ਦੀ ਕਿ ਮੈਂ ਜੀ ਇਹਨੂੰ ਕਰੀਅਰ ਬਣਾਉਣਾ ਆ ਉਹ ਹਿੰਮਤ ਨਹੀਂ ਪਈ ਕਹਿਣ ਦੀ, ਪਰ ਵਕਾਲਤ ਜੁਆਇਨ ਕਰਨ ਤੋਂ ਵੀ ਝਿਜਕ ਚ ਆਉਂਦਾ ਰਿਹਾ। ਔਰ ਜਦੋਂ ਮੇਰੇ ਵੱਡੇ ਬ੍ਰਦਰ ਔਰ ਸਿਸਟਰ ਦੋਨੋਂ ਆ ਕੇ, ਉਹ ਮੇਰੇ ਤੋਂ ਕਾਫੀ ਵੱਡੇ ਨੇ 9-10 ਸਾਲ ਤਕਰੀਬਨ ਵੱਡੇ ਦੋਨੋਂ, ਤਾਂ ਉਹਨਾਂ ਨੇ ਸਮਝਾਉਂਦੀ ਕੋਈ ਕਿ ਕੀ ਗੱਲ ਕੀ ਆ, ਮਤਲਬ ਕਿੱਥੇ ਚਲਾ ਗਿਆ ਹੈ, ਗੱਲ ਨਹੀਂ ਕਿਉਂ ਨਹੀਂ ਸ਼ੇਅਰ ਕਰਦਾ, ਤਾਂ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਮੇਰੀ ਐਕਚੁਅਲ ਇੱਛਾ ਇਹ ਆ ਜੀ। ਤਾਂ ਹੁਣ ਉਹ ਪਾਪਾ ਉਸ ਵੇਲੇ ਇੱਕ ਸਡਨਲੀ, ਅੱਜ ਤੱਕ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਤੁਸੀਂ ਕਦੇ ਇਹ ਨਹੀਂ ਦੱਸਿਆ ਕਿ ਤੁਹਾਡੀ ਐਕਚੁਅਲ ਇੱਛਾ ਜਾਂ ਤੁਹਾਡੀ ਐਕਚੁਅਲ ਖੁਆਇਸ਼ ਪਰਫੋਰਮੈਂਸ ਐਕਟਿੰਗ ਜਾਂ ਕੁਛ ਇਹ ਹੈਗੀ ਆ, ਔਰ ਸਡਨਲੀ ਤੁਸੀਂ ਹੁਣ ਜਦੋਂ ਇੱਕ ਘਰ ਦੇ ਵਿੱਚ ਕ੍ਰਾਈਸਿਸ ਆ ਗਿਆ ਤਾਂ ਮੁੰਡਾ ਇਹ ਕਹਿ ਰਿਹਾ ਕਿ ਮੈਂ ਤਾਂ ਜੀ ਬੰਬੇ ਜਾਣਾ, ਇਹ ਕਰਨਾ ਉਹ ਕਰਨਾ, ਤਾਂ ਉਹਨਾਂ ਨੇ ਥੋੜ੍ਹਾ ਜਿਹਾ ਇੱਕ ਰਿਐਕਸ਼ਨਰੀ ਵੇ ਨਾਲ ਕਿਹਾ ਕਿ ਠੀਕ ਹੈ ਜਾ ਤੈਨੂੰ ਤੇਰਾ ਉੱਥੇ ਦਾ ਖਰਚਾ ਪਾਣੀ ਚੁੱਕ ਲਊਂਗਾ ਮੈਂ, ਹੈ ਨਾ, ਪਰ ਤੂੰ ਸਮਝ ਲੈ ਇੱਕ ਦਿਲ ਦੀ ਇੱਕ ਤਾਰ ਕੱਟੀ ਜਾਣੀ ਹੈ ਐਨ ਆਲ ਦੈਟ। ਹੁਣ ਉਹ ਹੁਣ ਇੱਕ ਵੱਡਿਆਂ ਦੀ ਨਾ ਇੱਕ ਗੱਲ ਹੁੰਦੀ ਆ ਕਹਿਣ ਦਾ ਤਰੀਕਾ ਹੁੰਦਾ ਇੱਕ, ਔਰ ਆਰਟਿਸਟ ਇੱਕ ਥੋੜ੍ਹਾ ਜਿਹਾ ਇੰਪ੍ਰੈਸ਼ਨੇਬਲ ਮਾਈਂਡ ਦਾ ਹੁੰਦਾ ਜੀ, ਮੈਂ ਬਸ ਇਹ ਨਹੀਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਸੀਗਾ ਕਿ ਕੋਈ ਇਮੋਸ਼ਨਲ ਮੇਰੇ ਔਰ ਫਾਦਰ ਦੇ ਹਿਸਾਬ ਦੇ ਕੁਛ ਆਪਸ ਦੇ ਵਿੱਚ ਉਹ ਇੱਦਾਂ ਦੀ ਕੋਈ ਬ੍ਰੇਕ ਆਵੇ ਜਾਂ ਦੈਟ, ਪਰ ਮੈਂ ਇਹ ਵੀ ਨਹੀਂ ਕਿ ਵਕਾਲਤ ਇਕੱਲੀ ਕਰ ਲਵਾਂ ਸਭ ਕੁਛ ਛੱਡ ਦੇਵਾਂ, ਹਿੰਮਤ ਨਹੀਂ ਪੈਂਦੀ ਸੀਗੀ ਕਿ ਕੀ ਕਰੀਏ ਕੀ ਨਾ ਕਰੀਏ। ਤੋ ਦੂਰਦਰਸ਼ਨ ਦੇ ਡਾਕਟਰ ਲਖਵਿੰਦਰ ਜੌਹਲ ਆਪਣਾ ਸੀਗੇ,
कौल साहब और जौल साहब इन्होंने मैं सारे ना कहता हरजीत भाजी सदाजीत बाबा ईवन उन्होंने बंद भी कि जिन्होंने बस उदा मजाक करना जिन्होंने बाद मैं ये भी कहना पाया सलोत्रा साहब थानू मेरी याद कि आ गई क्योंकि उन्होंने पहले कभी नहीं लिया थी तो कहते इदा का कमीना रोल कोई और कर नहीं सकता सी सो इदा दे मतलब तकरीबन सारे नाल रवि जी विजय शाह सारे नाल लेकिन जौल साहब और कौल साहब इन्हों नाल ना क्योंकि वो थोड़े लिटररी बैंड दे भी सी और आर्टिस्टा नाल डिस्कशन से पै जाते थे करते थे और इनफैक्ट मेरे नाल उन्होंने दोनों का काफ़ी मेरी क्रिएटिव साइड नूं उन्होंने प्रवोक काफ़ी किया काफ़ी प्रमोट भी किया और हेल्प भी किया इस गलों के जो तू सोचता हूँ उन्होंने लिखा करे जौल साहब दी गल जौल साहब ने इदा एक किस्सा जहा सुनाया उत्तों ये देखे अपसैट है मैं एक दिन लैके बह गया कहते तू अपसैट क्यों मैं नहीं है कहते है तो मैं कहते बाकी सारे भेजता अच्छ तेरे ही बह के गल करनी दफ्तर के दो घंटे उस बंद ने मेरे तो कढ़ा के हटे कि मैं क्यों परेशान हाँ सर क्यों परेशान सर हाँ ये एक ऐसी सिचुएशन एक दो राहे दे विच के मैं आई कुड नॉट हैव वॉकड आउट ऑफ हिज लाइफ वो स्पेशली उस सिचुएशन दे विच उत्तों एक ना फाइनैंशियल सिक्योरिटी फाइनैशियल तो कह रहे थे कि मैं तेन देख लूँगा जी है ना तू जा पर फाइनैशियल सिक्योरिटी तो इमोशनल इनसिक्योरिटी जी है ना वो ज़्यादा वड्डी होंगी है मैं वो उदों एक्चुअली रियलाइज़ किया तो मैं वो चीज़ ज़्यादा खा रही थी कि है ना मैं एक इमोशनल वैक्यूम लैके नहीं निकल सकता या कुछ नहीं कर सकता तो वह गल अपने आप च बंदे जो डिप्रैशन जो हो जाते हैं कुछ होते तो उधरले पास तुरना शुरू कर बिल्कुल हालांकि मैं जिंदगी अज तक अपने आप कभी डिप्रैशन समझा नहीं मैं वह भी नहीं मान रहा जौल साहब कहते तू परेशान है मैं मैं नहीं परेशान पर वो दो घंटे खैर उन्होंने मेरे तो कढ़वा लिया कहते यार एक गल सुन तू अपने पिता दुखी कर सकता जे तो कर सकता तो फिर चल जा पे वो खुश हो जाएंगे चल जा, कल तू बन गया तभी कोई चक्कर नहीं ठीक है पर जे नहीं कर सकता फिर तू अपने आप भी तंग कर रहे घर वाले भी तंग कह रहे तेन डिसीजन लेना पैना जी सो एक मिडवे फड़ ला और ये करो कि तू अनलीव हों तू आप दस एक महीने दुट्टियाँ तुम उद कचहरियाँ बंद ही हों सिविल साइड ही करते हैं दस पंद्रह दिन की तुम दसंबर च हो जाती है बारह पंद्रह दिन तू होर ले ला उन्होंने ये कह दें तो अनलीव भी तो लेंदे ही है दूजे पे पे लीव विदाउट पे लीव कर दे एक बार जो तेन उन्होंने देख लिया कि वकालत ठीक कर दें तो हौली हौली तेन टॉलरेट करना शुरू कर देना तू कोशिश कर शायद मन जा इस गल मैं क्या जी नहीं मनना कहते तू कोशिश की है करके देख ला शायद कोई गल नाले तेरे ब्रदर सिस्टर तेरे नाल तेरे साथ है ना दे वुड ऑल्सो हेल्प यू गल करके देख ला मैं सोचा कि हाँ भी गल है कि 365 दिन के तकरीबन 60-65 दिन तो बड़े आराम ना मिल गया कि जितने मैं अपनी मर्जी कर सकता तो सैटरडे संडे दूरदर्शन के उदा भी होंगी है तो संडे 2 बजे तो बाद दफ्तर भी घट ही होंगे तो शूटिंग भी 2 बजे तो बाद ही होंगी है तो 52-50 दिन वो हो गए जी 50 संडे तो होंगे ही तो मिल मिला के इन्ना भी माड़ा हाल नहीं है गल तो पहले 5 दिन की ज्यादा गल है कोई कचहरी का ज्यादा ध्यान रखा करना पैना तो शायद कुछ मैनेज हो सकता है जी तो कर करा के मैं भैया पापा सीधा कह नहीं सकता सी भैया दीदी नु क्या उन्होंने कहते कोई गल नहीं देख लें वैसे माय फादर सेड के देखो लॉ इज अ जेलस प्रोफेशन जेलस मिस्ट्रेस इनफैक्ट वो अपनी थोड़ी जी बीवी है ना उन्होंने भी बर्दाश्त नहीं करता वकालत जी बाकी जे तू करके देखना या करके देख ला भरा है ना मैनू कोई प्रॉब्लम नहीं पर तेरे काम च कोई अड़चन नहीं आनी चाहिए जे मैनू कि जज ने क्या मुंडा नहीं आता या कि मेरे साहिल ने शिकायत की तू उ नहीं पहुँचता तो फिर ये ना एक्सपैक्ट करी कि मेरे तो तेन कोई सपोर्ट मिलेगी चलो गल हौली हौली हो गई हौली हौली उन्होंने भी ये शायद देखो पेरेंट्स ना बड़ी चीज़ होंगी पेरेंट्स एक मखौटा जरूर बनाते हैं बच्चों के अगे ताकि एक एलीमेंट ऑफ रिस्पैक्ट या और आए क्योंकि उन्होंने देखा होंगे दुनिया असी कई चीज़ा सिर्फ अपने पॉइंट ऑफ व्यू ना सोचते होंगे है ना लेकिन कितने ना कि एप्रीशिएट करते होंगे थोड़िया इच्छावान ये नहीं है को जिन्हों कह दीए कि इग्नोरेंट नहीं होंगे हाँ थोड़े बारे जानते होंगे सो उन्होंने फिर पहला तो मेरे नाटक देखने भी नहीं आना जो मैं करता सी दूरदर्शन तो देखते ही नहीं थे
छेती अनलैस मैं कहां कि पापा आ जरूर देखियो इहदा सब्जेक्ट तुहानूं चंगा लगना है बहुत सो है ना या किसी लिटरेचर लिटरेरी किताब जिहड़ी आ या उहदे ते कोई प्ले होया तां उह जरूर देखियो ना फिर आग भी जांदे सीगे विचों पर मतलब नॉर्मली ही यूज्ड टू वर्ड उह इह इंप्रेशन नहीं देना चाहुंदे सीगे कि मैं इहनूं हेल्प करदा आ सपोर्ट करदा आ नहीं तां इहने भटक जाणा रस्ते तों उहनां दे मन च इह हुंदा सीगा लेकिन जिहड़ी मुद्दा इह सी इक कल्ला दूरदर्शन आणा एक्ट करना ਪਰਹੈਪਸ ਇੱਕ ਸੈਟਿਸਫਾਈਂਗ ਆਪਣੇ ਆਪ 'ਚ ਪੂਰਾ ਨਹੀਂ ਲੱਗਣਾ ਤਾਂ ਮੈਂ ਇਹਨਾਂ ਨਾਲ ਜੋਹਲ ਸਾਹਿਬ ਨਾਲ ਜਿੱਦਾਂ ਗੱਲ ਕਰਦਾ ਕੋਈ ਕਹਾਣੀਆਂ ਹੁਣ ਵੀ ਦੇਖਿਆ ਹੋਣਾ ਜਿੱਦਾਂ ਮੈਂ ਬੋਲਦਾ ਤਾਂ ਇਹਦੇ ਬੋਲਦਾ ਰਹਿੰਦਾ ਤਾਂ ਜੋਹਲ ਸਾਹਿਬ ਕਹਿੰਦੇ ਕਿ ਤੂੰ ਇੱਕ ਦੁੱਧ ਦੀ ਕਹਾਣੀ ਜਿਹੀ ਸੁਣਾਈ ਸੀਗੀ ਕਿ ਤੇਰੇ ਡੋਲੂ 'ਚ ਦੁੱਧ ਜ਼ਿਆਦਾ ਪੈ ਗਿਆ ਦਿੱਲੀ ਜਦੋਂ ਤੇਰੇ ਬ੍ਰਦਰ ਔਰ ਭਾਬੀ ਉੱਥੇ ਨਹੀਂ ਸੀਗੇ ਛੁੱਟੀ 'ਤੇ ਗਏ ਸੀਗੇ ਤਾਂ ਉਹ ਤੈਨੂੰ ਇੱਕ ਇਮੋਸ਼ਨਲ ਡੈਲੀਮਾ ਜਿਹਾ ਆ ਰਿਹਾ ਉਹ ਯਾਰ ਬੜੀ ਅੱਛੀ ਕਹਾਣੀ ਬਣ ਸਕਦੀ ਆ ਤੂੰ ਤੇ ਦੇਖ ਨਾਟਕ ਲਿਖ ਤੂੰ ਮੈਂ ਉਹਨੂੰ ਦੂਰਦਰਸ਼ਨ ਦੇ ਵਿੱਚ ਆਪਾਂ ਕਰਾਂਗੇ ਅੱਛਾ ਜੀ ਮਤਲਬ ਜਿਹੜਾ ਰਾਈਟਰ ਦਾ ਸਫ਼ਰ ਆ ਉਹ ਤੁਹਾਡਾ ਉੱਥੋਂ ਸ਼ੁਰੂ ਹੋਊਗਾ ਰਾਈਟਰ ਦਾ ਸਫ਼ਰ ਐਜ਼ ਅ ਸਕਰੀਨ ਪਲੇ ਰਾਈਟਰ ਔਰ ਐਜ਼ ਅ ਸਟੋਰੀ ਰਾਈਟਰ ਜਿਹੜੀ ਕਿ ਮੀਡੀਆ 'ਤੇ ਆ ਸਕਦੀ ਉਹਦੇ ਪਿੱਛੇ ਵੀ ਜੋਹਲ ਸਾਹਿਬ ਦਾ ਹੱਥ ਆ ਅੱਛਾ ਜੀ ਮੈਨੂੰ ਐਕਟਿੰਗ ਦੀ ਬਰੀਕੀ ਸਿਖਾਉਣ ਦੇ ਵਿੱਚ ਰਜੇਸ਼ ਕੌਲ ਜੀ ਦਾ ਹੱਥ ਆ ਮੇਰੇ ਉਹ ਗੁਰੂ ਨੇ ਮੈਨੂੰ ਥੀਏਟਰ ਦੇ ਵੀ ਬਰੀਕੀਆਂ ਸਿਖਾਉਣ ਵਾਲੇ ਅਰੁਣ ਮਹਿਰਾ ਜੀ ਨੇ ਡੀਏਵੀ ਕਾਲਜ ਦੇ ਮੇਰੇ ਅੱਜ ਵੀ ਪਹਿਲੇ ਗੁਰੂ ਹੋਆ ਹੈ ਨਾ ਮੈਨੂੰ ਰਿਅਲਿਸਟਿਕ ਜਾਂ ਇੱਕ ਪਬਲਿਕ ਜਨਰਲ ਪਬਲਿਕ 'ਚ ਪਲੇਸ ਸਿੱਟ ਕੇ ਉਹਨਾਂ ਚੀਜ਼ਾਂ ਨੂੰ ਸਮਝਣਾ ਉਹ ਇੰਟਰੀਕੇਸ਼ਨ ਇੰਟਰੀਕੇਸੀ ਸਮਝਣੀ ਅੰਦਰੂਨੀ ਤਣਾਵਾਂ ਨੂੰ ਕਿੱਦਾਂ ਖੇਡਣਾ ਕਿੱਦਾਂ ਨਹੀਂ ਖੇਡਣਾ ਇਹ ਮੈਂ ਅਮਰਜੀਤ ਰੋਡੇ ਤੋਂ ਸਿੱਖਿਆ ਜਿਹਦੇ ਨਾਲ ਮੈਂ ਇੰਡੀਪੈਂਡੈਂਟ ਪਲੇਸ ਕੀਤੇ ਆ ਹੈ ਨਾ ਇਹ ਚਾਰ ਬੰਦੇ ਮੈਂ ਜ਼ਿੰਦਗੀ 'ਚ ਐਸ ਇਸ ਫੀਲਡ ਦੇ ਨਾਲ ਕਨੈਕਟਡ ਇਹਨਾਂ ਨੂੰ ਮੈਂ ਕਦੀ ਨਹੀਂ ਭੁੱਲ ਸਕਦਾ ਕਿਉਂਕਿ ਇਹਨਾਂ ਦੀ ਦੇਣ ਬਹੁਤ ਆ ਮੇਰੇ ਲਈ ਇੱਥੇ ਇਹ ਗੱਲ ਜੋਹਲ ਸਾਹਿਬ ਨੇ ਕਿਹਾ ਗੋਗਰ ਔਰ ਮੈਂ ਉਹ ਲਿਖਿਆ ਉਹਨਾਂ ਨੂੰ ਅੱਛਾ ਲੱਗਿਆ ਇੱਕ ਦੋ ਗੱਲਾਂ ਉਹਨਾਂ ਨੇ ਕਿਹਾ ਗਾ ਠੀਕ ਕਰ ਲਾ ਕਰਕੇ ਤਾਂ ਉਹ ਉਹਨਾਂ ਨੇ ਐਜ਼ ਅ ਸਟੋਰੀ ਸਕਰੀਨ ਪਲੇ ਮੇਰਾ ਹੀ ਭੁੱਲ ਭੁੱਲ ਕੇ ਉਹ ਜਿਹੜੀ ਸਟੋਰੀ ਕੀ ਸੀ ਉਹ ਬ੍ਰੇਕ ਤੋਂ ਬਾਅਦ ਦੇਖਦੇ ਆਪਾਂ ਤੇ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੇ ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਤੇ ਸਾਡੇ ਅੱਜ ਮਹਿਮਾਨ ਨੇ ਨੀਰਜ ਕੌਸ਼ਿਕ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਨੀਰਜ ਕੌਸ਼ਿਕ ਜੀ ਤੇ ਗੱਲਬਾਤ ਚੱਲ ਰਹੀ ਸੀ ਰਾਈਟਰ ਦੀ ਕਿ ਰਾਈਟਰ ਦਾ ਸਫ਼ਰ ਹੁਣ ਇੱਥੋਂ ਸ਼ੁਰੂ ਹੋਇਆ ਤੁਹਾਡਾ ਤੇ ਉਸ ਦੇ ਵਿੱਚ ਅੱਗੇ ਫਿਰ ਤੁਸੀਂ ਕੀ ਲਿਖਿਆ ਦੂਰਦਰਸ਼ਨ ਦੇ ਲਈ ਇਕੱਲਾ ਲਿਖਿਆ ਜਾਂ ਫਿਰ ਰੰਗ ਮੰਚ ਦੇ ਲਈ ਵੀ ਪਲੇਜ਼ ਨੂੰ ਲਿਖਿਆ ਨਹੀਂ ਦੂਰਦਰਸ਼ਨ ਮੈਂ ਉਹੀ ਦੱਸਿਆ ਨਾ ਕਿ ਇਹ ਇੱਕ ਇਮੋਸ਼ਨਲ ਡਾਇਲਮਾ ਉਹਦੇ 'ਚ ਕੀ ਸੀ ਸਾਈਕੋਲੋਜੀਕਲ ਡਾਇਲਮਾ ਸੀਗਾ ਕਿ ਮੈਂ ਘੱਟ ਪੈਸੇ ਲੈ ਕੇ ਗਿਆ ਦੁੱਧ ਦੇ ਡੋਲੂ ਦੇ ਵਿੱਚ ਉਹਨੇ ਕਿਉਂਕਿ ਉਹ ਰੋਜ਼ ਮੈਂ ਚਾਰ ਟੋਕਨ ਦਾ ਲੈਂਦਾ ਸੀ ਉਹਨੇ ਚਾਰ ਟੋਕਨ ਦੇ ਹੀ ਪਾਤਾ ਪੈਸੇ ਮੈਂ ਦੋ ਦੇ ਦਿੱਤੇ ਮੈਨੂੰ ਵੀ ਨਹੀਂ ਪਤਾ ਲੱਗਾ ਪੈ ਗਿਆ ਦੁੱਧ ਤੁਰ ਪਿਆ ਜਦੋਂ ਦੇਖਿਆ ਕਿ ਭਾਰ ਹੈਗਾ ਜ਼ਿਆਦਾ ਆ ਆਈਡੀਆ ਹੋ ਗਿਆ ਕਿ ਯਾਰ ਉਹਨੇ ਰੂਟੀਨ 'ਚ ਪਾ ਦਿੱਤਾ ਜਦਕਿ ਮੈਂ ਕੱਲਾ ਸੀਗਾ ਮੈਂ ਘੱਟ ਲਈ ਲਿਆ ਸੀ ਤਾਂ ਫਿਰ ਮੈਂ ਸੋਚਾਂ ਕੀ ਕਰਾਂ ਵਾਪਸ ਜਾਵਾਂ ਨਾ ਜਾਵਾਂ ਫਿਰ ਮੇਰੀ ਥੋੜ੍ਹੀ ਗਲਤੀ ਉਹਦੀ ਗਲਤੀ ਹੈ ਜੀ ਹੈ ਨਾ ਉਹਨੇ ਪਾਤਾ ਆਪਾਂ ਤੁਰੀਏ ਪਰ ਮੈਂ 50 ਕਦਮ ਨਹੀਂ ਤੁਰ ਸਕਿਆ ਉਹ ਇੱਕ ਮੈਂ ਕਿਹਾ ਛੱਡ ਹੈ ਨਾ ਐਡੀ ਟੈਨਸ਼ਨ ਉਹਨੂੰ ਗਾ ਕੇ ਦੱਸ ਦੇ ਯਾਰ ਕੀ ਗੱਲ ਹੈ ਇੰਨੇ ਜਿਹੜਾ 50 ਦਿਨ ਭਰ ਹੀ ਟੈਨਸ਼ਨ ਰਹੋ ਸੋ ਇਹ ਸੀਗਾ ਮੇਰਾ ਉਹ ਜਿਹੜਾ ਵਿਤਾਨ ਜਿਹੜਾ ਮੈਂ ਗੱਲ ਸਭ ਨੂੰ ਸੁਣਾਇਆ ਸੀਗਾ ਉੱਥੋਂ ਬਿਲਡਅਪ ਇਹ ਹੋਇਆ ਕਿ ਕਈ ਵਾਰ ਸਾਡੇ ਅੰਦਰ ਦਾ ਚੋਰ ਜਿਹੜਾ ਆ ਕਿ ਸੁਪੋਜ਼ ਉਹ ਆਪਾਂ ਇਹਨੂੰ ਅੱਗੇ ਕਹਾਣੀ ਨੂੰ ਤੋਰ ਲੈਂਦੇ ਹਾਂ ਕਿ ਜੇ ਮੈਂ ਉਹ ਇੱਦਾਂ ਲੈ ਜਾਂਦਾ ਹਰ ਕਿਸੇ ਨਾਲ ਕੁਛ ਹੋਰ ਪੁਆਇੰਟ ਆਫ ਵਿਊ ਨਾਲ ਗੱਲ ਕਰਨੀ ਸੀ ਮੈਨੂੰ ਲੱਗਣਾ ਸੀ ਮੇਰੀ ਚੋਰੀ ਫੜੀ ਗਈ ਔਰ ਉਹ ਉਹਦੇ ਨਾਲ ਕਨੈਕਟ ਕਰ ਰਹੇ ਆ ਤੂੰ ਉਹਨੂੰ ਇਦਾਂ ਕਿ ਉਹ ਉਸਦਾ ਸਬਜੈਕਟ ਬਣਾ ਲਿਆ ਸੀ ਇੱਕ ਸਾਲਗਿਰਾ ਸੀਗੀ ਮੇਰੀ ਕਿਉਂਕਿ ਮੈਂ ਸਾਲਗਿਰਾ ਭੁੱਲ ਗਿਆ ਮਤਲਬ ਉਹ ਕਰੈਕਟਰ ਦੀ ਸਾਲਗਿਰਾ ਸੀਗੀ ਉਹ ਸਾਲਗਿਰਾ ਭੁੱਲ ਗਿਆ ਬੀਵੀ ਵੀ ਬੱਚੇ ਵੀ ਬਾਕੀ ਵੀ ਦਫ਼ਤਰ ਵਾਲੇ ਵੀ ਉਹਨੂੰ ਟੌਂਟ ਮਾਰ ਰਹੇ ਆ ਉਹ ਸਾਲਗਿਰਾ ਤੇ ਮਾਰ ਰਹੇ ਆ ਇਹਨੂੰ ਇਹ ਲੱਗ ਰਿਹਾ ਕਿ ਇਹ ਟੌਂਟ ਮੇਰੀ ਚੋਰੀ ਬਣੀ ਗਈ ਆ ਕਿਸੇ ਨੇ ਦੱਸਤਾ ਤਾਂ ਕਰਕੇ ਉਹ ਇੱਕ ਕਲਾਈਮੈਕਸ ਉਹਦਾ ਬੜਾ ਇੱਕ ਅੱਛਾ ਜਿਹਾ ਕਾਮੇਡੀ ਪਲੇ ਉਹਦਾ ਬਣ ਗਿਆ ਤਾਂ ਉੱਪਰ ਇੱਕ ਗੱਲ ਇਹ ਨਾ ਕਿ ਹੁਣ 3-4 ਪਲੇ ਉਦੋਂ ਦੂਰਦਰਸ਼ਨ ਦੇ ਆਏ ਪਰ ਤੁਸੀਂ ਲਿਖ ਦਿੱਤਾ ਜੋਹਲ ਸਾਹਿਬ ਨੇ 2-3 ਕਰਤੇ ਕੌਲ ਸਾਹਿਬ ਨੇ ਸਕਰੀਨ ਪਲੇ 2-3 ਦੇ ਲਿਖਾਏ ਹਿੰਦੀ ਦੇ ਸੀਗੇ ਪਰ ਤੁਸੀਂ ਕਿੰਨੇ ਕੁ ਕਰ ਸਕਦੇ ਹੈ ਨਾ ਔਰ ਦੂਰਦਰਸ਼ਨ ਦੇ ਵਿੱਚ ਵੀ ਚਲੋ ਮਤਲਬ ਉਦੋਂ ਕਾਫੀ ਰੈਗੂਲਰ ਫੀਚਰ ਆਉਣਾ ਸ਼ੁਰੂ ਹੋ ਗਿਆ ਸੀਗਾ ਪਰ
ਜਦੋਂ ਤੁਹਾਨੂੰ ਇੱਕ ਵਾਰੀ ਲਹੂ ਲੱਗ ਜਾਂਦਾ ਨਾ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਜਦੋਂ ਹਾਂਜੀ ਉਹ ਫਿਰ ਉਹ ਕਹਿੰਦਾ ਹੋਰ ਕਰਾਂ ਹੋਰ ਲਿਖਾਂ ਫਿਰ ਆਈਡੀਆ ਆਉਂਦੇ ਸੀ ਕਾਗਜ਼ 'ਤੇ ਲਿਖਣੇ ਸ਼ੁਰੂ ਕਰਤੇ ਤਾਂ ਮੈਂ ਇੱਦਾਂ ਕੋਈ ਇੱਕ ਹਲਕਾ ਜਿਹਾ ਜਿੱਥੋਂ ਮੈਂ ਐਕਚੁਅਲ ਥੀਏਟਰ ਰਾਈਟਰ ਬਣਿਆ ਇੱਥੇ ਮੈਂ ਆਪਣੀ ਕੁਲੀਗ ਸਾਡੀ ਦੂਰਦਰਸ਼ਨ ਦੀ ਆਰਟਿਸਟ ਉਹਦਾ ਔਰ ਵਿਨੇ ਰਾਣਾ ਪੂਨਮ ਤਾਲੀਆ ਵਿਨੇ ਰਾਣਾ ਕਿਸੇ ਹੱਦ ਤੱਕ ਪ੍ਰਿੰਸ ਪ੍ਰਸ਼ਾਂਤ ਵੀ ਉਸ ਕਿਉਂਕਿ ਉਹ ਨਾਲ ਅਸੀਂ ਜੁੜਿਆ ਉਦੋਂ ਅਸੀਂ ਥੀਏਟਰ ਬਣਾਇਆ ਸਟਾਈਲ ਆਰਟਸ ਐਸੋਸੀਏਸ਼ਨ ਕਰਕੇ ਪਰ ਉਹਦਾ ਕਾਰਨ ਕੀ ਸੀ ਕਿ ਇੱਕ ਛੋਟਾ ਜਿਹਾ ਇੱਕ ਡਾਇਲੋਗ ਮੈਂ ਲਿਖਿਆ ਔਰ ਮੈਂ ਲਿਖ ਕੇ ਉਦਾਂ ਹੀ ਆਈਡੀਆ ਆਇਆ ਮੈਂ ਨਾਲ ਹੀ ਲਿਖਿਆ ਕਹਿੰਦੇ ਕੀ ਲਿਖਦਾ ਪਿਆ ਮੈਂ ਕਿਹਾ ਆਈਡੀਆ ਲਿਖਿਆ ਤਾਂ ਨਾਲ ਵਿਨੇ ਆ ਕੇ ਬਹਿ ਗਿਆ ਕਹਿੰਦੀ ਕੀ ਆ ਮੈਂ ਕਿਹਾ ਆਹ ਮੈਨੂੰ ਉਹਨੇ ਸੁਣਿਆ ਕਹਿੰਦੀ ਨੀਰਜ ਕਿੱਥੇ ਤੱਕ ਪੜ੍ਹਿਆ ਹਿੰਦੀ ਲੈਂਗੁਏਜਸ ਮੈਂ ਕਿਹਾ ਦਸਵੀਂ ਤੱਕ ਕਹਿੰਦੀ ਮੈਂ ਐੱਮ ਏ ਹਿੰਦੀ ਮੇਰੇ ਦਿਮਾਗ 'ਚ ਉਹਨੇ ਇੱਦਾਂ ਦੀ ਗੱਲ ਆਈ ਸਰ ਉਹ ਤਾਂ ਅਸੀਂ ਵੀ ਸੁਣਨਾ ਚਾਹੂੰਗੇ ਕੀ ਲਿਖਿਆ ਸੀ ਚਲੋ ਮੈਂ ਉਹਨੂੰ ਪੂਰਾ ਇਮੋਸ਼ਨਲ ਹੋ ਕੇ ਨਹੀਂ ਕਰ ਪਾਉਣਾ ਕਿਉਂਕਿ ਫਿਰ ਉਹ ਸਾਰਾ ਮਾਹੌਲ ਪਰ ਮੈਂ ਉਦਾਂ ਹਲਕਾ ਜਿਹਾ ਦੱਸ ਦਿੰਦਾ ਕਿ ਇੱਕ ਮੈਂ ਫਿਰ ਉਹ ਪਲੇ ਉਹ ਪਹਿਲਾਂ ਮੇਰਾ ਦਵੰਦ ਪਲੇ ਉਸ ਡਾਇਲੈਕਟ ਦੇ ਬੇਸ 'ਤੇ ਲਿਖਿਆ ਕਿਉਂਕਿ ਇਹਨਾਂ ਦੋਨਾਂ ਨੇ ਮੈਨੂੰ ਇੰਸਪਾਇਰ ਕੀਤਾ ਕਿ ਇੱਥੇ ਨਾਟਕ ਅੱਛਾ ਬਣ ਸਕਦਾ ਮੈਂ ਤੁਹਾਨੂੰ ਦੱਸ ਦੇਣਾ ਮੈਂ ਹਮੇਸ਼ਾ ਕੋਈ ਵੀ ਹੁਣ ਵੀ ਨਾਟਕ ਸ਼ੁਰੂ ਕਰਦਾ ਮੈਂ ਪਹਿਲਾਂ ਇੱਕ ਆਈਡੀਆ ਤੋਂ ਸ਼ੁਰੂ ਕਰਦਾ ਉਹ ਆਈਡੀਆ ਇੱਕ ਲਿਖ ਲੈਂਦਾ ਉਸ 'ਤੇ ਫਿਰ ਇੱਕ ਸਟੋਰੀ ਬਿਲਡਅਪ ਹੁੰਦੀ ਹੈ ਜਾਂ ਕਹਾਣੀ ਬਿਲਡਅਪ ਕੀਤੀ ਜਾਂਦੀ ਹੈ ਉਹਦੇ 'ਚ ਕੀ ਸੀਗਾ ਔਰ ਇੱਕ ਸਿੰਪਲ ਪਿਓਰ ਓਬਜ਼ਰਵੇਸ਼ਨ ਸੀ ਉਹ ਵੀ ਮੇਰੇ ਤੋਂ ਕਿਉਂਕਿ ਮੰਮੀ ਸੀਗੇ ਨਹੀਂ ਮੇਰੀ ਕਜ਼ਨ ਉਹਨਾਂ ਦਿਨਾਂ 'ਚ ਆਈ ਹੋਈ ਸੀਗੀ ਇੱਥੇ ਤਾਂ ਕਈ ਵਾਰੀ ਉਹ ਜਦੋਂ ਹੁਣ ਸਵੇਰੇ ਚਲੇ ਗਈ ਸਕੂਲ ਕਾਲਜ ਚਲੇ ਗਈ ਸੀ ਤਾਂ ਦੁੱਧ ਆਪ ਮੇਰੇ ਤੋਂ ਦੁੱਧ ਮਿੰਟ 'ਚ ਉਬਲ ਜਾਂਦਾ ਸੀ ਪਾਣੀ ਉਬਲਦਾ ਵੀ ਰਿਹਾ ਪਤਾ ਨਹੀਂ ਲੱਗਦਾ ਸੀਗਾ ਤਾਂ ਦੁੱਧ ਉਬਲਦਾ ਹਲਕੀ ਜਿਹੀ ਬੋਆ ਜਾਂਦੀ ਉਹਦੀ ਬੰਦ ਕਰ ਦਿੰਦੇ ਹਾਂ ਤਾਂ ਪਾਣੀ ਪੋਲ ਤੁਕ ਜਾਂਦਾ ਪਤੀਲਾ ਕਾਲਾ ਹੋ ਜਾਂਦਾ ਤੁਹਾਨੂੰ ਉਹਦਾ ਕਿਸੇ ਨੇ ਆਵਾਜ਼ ਤੱਕ ਨਹੀਂ ਕਰਨੀ ਵਿਚਾਰੇ ਪਤੀਲੇ ਨੇ ਹੈ ਨਾ ਸੜ ਜਾਣਾ ਉਹਨੇ ਤਾਂ ਉਹ ਚੀਜ਼ ਆਪਣੇ ਹੀ ਐਕਸਪੀਰੀਅੰਸ ਤੋਂ ਮੈਂ ਪਾਪਾ ਨੂੰ ਕਦੀ ਇਹ ਨਹੀਂ ਕਹਿ ਸਕਦਾ ਸੀ ਪਾਪਾ ਮੈਂ ਸਮਝਦਾ ਤੁਹਾਡਾ ਤੁਸੀਂ ਹੈ ਨਾ ਸੀ ਉਹੀ ਮੈਂ ਤੁਹਾਨੂੰ ਦੱਸਦਾ ਹਰ ਇੱਕ ਆਈਡੀਆ ਦੇ ਪਿੱਛੇ ਕਿਤੇ ਨਾ ਕਿਤੇ ਤੁਹਾਡਾ ਆਪਣਾ ਕੁਛ ਨਾ ਕੁਛ ਹੁੰਦਾ ਹੈ ਬਿਲਕੁਲ ਸਰ ਉਹਨੂੰ ਜਿੱਦਾਂ ਮਰਜ਼ੀ ਤੇ ਝੂਠ ਸੱਚ ਨਾਲ ਖਿਲਾਰ ਕੇ ਉਹਨੂੰ ਇੱਕ ਨਾਟਕ ਬਣਾ ਦਿਓ ਪਰ ਉਹਦੇ 'ਚ ਕਿਤੇ ਨਾ ਕਿਤੇ ਤੁਹਾਡਾ ਐਕਸਪੀਰੀਅੰਸ ਜਾਂ ਤੁਹਾਡੇ ਕਿਸੇ ਖਾਸ ਦਾ ਐਕਸਪੀਰੀਅੰਸ ਜਾਂ ਕੋਈ ਚੀਜ਼ ਜ਼ਰੂਰੀ ਨਹੀਂ ਹਰ ਚੀਜ਼ ਹੱਡ ਬੀਤੀ ਹੋਵੇ ਪਰ ਉਹ ਚੀਜ਼ ਕਿਤੇ ਨਾ ਕਿਤੇ ਕੋਈ ਸਮਝੀ ਦੇਖੀ ਪਰਖੀ ਹੋਵੇ ਉਸ ਚੀਜ਼ ਨੂੰ ਤੁਸੀਂ ਬਣਾਉਂਦੇ ਹਾਂ ਤਾਂ ਉਹਦੇ 'ਚ ਕੀ ਸੀਗਾ ਮਤਲਬ ਮੈਂ ਡਾਇਲੋਗ ਹਲਕਾ ਜਿਹਾ ਬੋਲ ਜੋ ਲਿਖਿਆ ਜਿਹਦੇ ਕਾਰਨ ਕਿਹਾ ਕਿ ਲਿਖੋ ਨਾਟਕ ਲਿਖੋ ਮਾਂ ਔਰ ਬਾਪ ਕੇ ਪ੍ਰੇਮ ਮੈਂ ਬਹੁਤ ਫਰਕ ਹੁੰਦਾ ਹੈ ਜਾਣਦੇ ਹੋਏ ਫਰਕ ਕਿਆ ਹੈ ਮਾਂ ਕੀ ਮਮਤਾ ਦੁੱਧ ਕੀ ਤਰ੍ਹਾਂ ਹੁੰਦੀ ਹੈ ਜੋ ਉਬਲੇ ਹੈ ਤੋ ਪਲ ਮੇਂ ਬਾਹਰ ਆ ਜਾਂਦੀ ਹੈ ਕੋਈ ਢੱਕਣ ਕੋਈ ਬੰਦਿਸ਼ ਉਸੇ ਰੋਕ ਨਹੀਂ ਸਕਦੀ ਸਭ ਕੁ ਨਜ਼ਰ ਆਉਂਦੀ ਹੈ ਪਰ ਬਾਪ ਕਾ ਪ੍ਰੇਮ बाप का प्रेम होता है आंच पर रखा पतीला उबलते पानी का पानी उबलता रहेगा सूखता रहेगा उबलता रहेगा उबलता रहेगा तब तक जब तक वो पतीला जलकर राख नहीं हो जाता मैं भी अपने शुभू के लिए पिछले 15 वर्षों से उबल उबल कर सूख रहा हूं शरीर का वक्त भी तक राख नहीं हुआ सॉरी मेनु लगता जड़ा असली कलाकार ओही हुंदा या जड़ा ऑडियंस दे नाल जुड़ जावे ਅਤੇ ਆਡੀਅੰਸ ਦੀਆਂ ਫੀਲਿੰਗਸ ਉਹ ਕਲਾਕਾਰ ਨਾਲ ਜੁੜ ਜਾਣ ਅਤੇ ਅਸੀਂ ਇੱਥੇ ਸਟੂਡੀਓ 'ਚ ਬੈਠੇ ਹਾਂ ਹਾਲਾਂਕਿ ਅਸੀਂ ਬਹੁਤ ਵਾਰੀ ਸਰ ਨੂੰ ਦੇਖਿਆ ਆ ਐਕਟ ਕਰਦੇ ਹੋਏ ਪਰ ਕੁਝ ਹੀ ਮਿੰਟਾਂ ਦੇ ਵਿੱਚ ਤੁਸੀਂ ਸਾਨੂੰ ਆਪਣੇ ਨਾਲ ਜੋੜ ਲਿਆ ਸੋ ਅਸਲੀ ਕਲਾਕਾਰ ਇਹੀ ਹੁੰਦਾ ਬਹੁਤ ਵਧੀਆ ਮਾਹੌਲ ਜਿਹਾ ਪਰ ਨਹੀਂ ਮਤਲਬ ਜਦੋਂ ਇਹ ਡਾਇਲੋਗ ਜਦੋਂ ਵੀ ਮਤਲਬ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਈਵਨ ਜਦੋਂ ਪਿੱਛੇ ਮਿਸ਼ਰਾ ਪੁਨੀਤ ਮਿਸ਼ਰਾ ਨੇ ਲਾਸਟ ਟਾਈਮ ਜਦੋਂ ਇਹ ਕੀਤਾ ਬਾਬੇ ਦਾ ਰੋਲ ਐਸ ਕਰੈਕਟਰ ਦਾ ਤਾਂ ਮੈਨੂੰ ਦੱਸਦੇ ਨਾ ਕਰਾਉਂਦੇ ਤਾਂ ਮੈਂ ਆਪ ਰੋਣ ਲੱਗ ਪਿਆ ਮੈਨੂੰ ਨਹੀਂ ਪਤਾ ਕਿਉਂ ਮੈਨੂੰ ਦੇ ਕਿਉਂ ਰੋਣ ਲੱਗ ਪਿਆ
बाद च आया 10-15 मिनट इधर उधर असि नहीं मिले, पता नहीं की होया, दोनों साइड साइड से हो गए। 10 मिनट बाद आया, कहिंदा सर ये प्ले मैं ना सारी ऑडियंस को लवाऊंगा और असी उहदे 7 प्ले शो कीते जी। और 7 बार मतलब ये कोई शक नहीं कि उसने पुनीत ने ही डिड अ वंडरफुल जॉब इन जी। एनीवे वो तो बाद दी गल। सो वो चीज़ जदों यह होया इतों असी थिएटर का शुरू किया तो मैनू इन्हों ने स्टाइल आर्ट्स एसोसीएशन असी गठन कर लिया। थिएटर उदों 90s दे विच 94 की गल हुंदा नहीं सी, तां एक मित्र अवतार जी करते होंगे सके उन्हें, वह भी कितने उदों चले गए उन्होंने, तो उन्होंने कुछ एक आर्टिस्ट प्रिंस प्रशांत के नाल जुड़े हुए थे। वह कहिंदा भाजी घबराओ ना, 3-4 आर्टिस्ट मेरे को है उन्होंने, कहती मैं अज तक थिएटर नहीं किया पर नीरज क्योंकि मैनू आ चीज़ बहुत अच्छी लगी तो मैं नाल जुड़ना चाहूँगी। उन्हें किसी होर ना कभी अदरवाइज प्ले नहीं थिएटर नहीं किया, बट उन्हें मेरे नाल 2 नाटक पहला ताँ कि इस्टैबलिश अभी हो जाइए तो वह किया, विनय ने किए और असी फिर इकट्ठे असी 8-10 बंदे मिल के पहला एक प्ले द्वंद्व और मैं हूँ चालबाजे किए, फिर मातृवध किया, फिर अधाशिला किया, फिर करते 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 मतलब 96 दे विच असी संघर्ष प्ले फेस्टिवल मूवमेंट बनानी शुरू की थी के एक दिन दे विच 2-2-3-3 नाटक करने शुरू किए, पहला अपने शुरू किए फिर बाहरों टीम बुलानी शुरू करती है 97 तो लैके 2001 तक असी कॉन्टीन्यूसली जलंधर दे विच यादगार हॉल की हेल्प दे नाल जी। सिर्फ एक बारी 2002 दे विच शायद असी उत्थे कीता केएल सैगल मेमोरियल जी, उसके अलावा बाकी हर जगह जड़ा जिन्हें भी नाटक असी यादगार हॉल वाले ने पहली बारी थोड़ा बहुत खर्चा लिया फेस्टिवल, बाद च उन्होंने देखा गले लगे हुए आ सारा इन्ना है ना, तो उन्होंने कभी फिर मेरे को हॉल दे और खर्चे ने सानू जगह भी दी रिहर्सल लई जी, तुसी सारे इनफैक्ट जानदे ही हो इस चीज़ जी बिल्कुल। और उस तो बाद फिर इदा क सफ़र होया कि कचहरी आना घर नहीं जाना, कचहरी तो नेड़े BMC चौंक BMC चौंक तो नेड़े यादगार हॉल। सर मेरा सवाल भी यही सी कि तुसी बैलेंस किवें करदे सी? बैलेंस की करना, जब तक आर्टिस्ट नहीं आना उत्थे सौ जांदा सीगा लेट जांदा सीगा घा ते। अच्छा काली देसराज काली जी साडे काफ़ी अच्छे लेखक ने जानदे हो, वो बेचारा देखता कि कई बार आर्टिस्ट उन्होंने हूँ जो 5 बजे का टाइम दिता जो मैं पहला आ गया, कई बार आर्टिस्ट भी थोड़ा जहा लेट हो जाते थे तो मैं 4:30 फ्री हो गया तो मैं उत्थे जाके आके क्योंकि घर चला गया तो फस गया बाकी होना पेंदा सी मतलब आगे उत्थे स्कूटर लाया और यादगार हॉल रुक गया, पहला इदा बैठे जो थोड़ी जी सर्दी के हल्की हल्की जी धोबियां हल्की जगह तो उदा ही बंदा हो जाता है ना लेट जाता एंड ऑल दैट, तो पहला इदा होना फिर इदा होना फिर इदा सौ जाना, तो कई बार जब तक आर्टिस्ट नहीं आते तो वो काली ने 2-4 बार इदा देखा कि ये है कि आर्टिस्ट की वेट कर रहा है डायरेक्टर बेचारा बैठा है, तो उन्हें क्या उत्थे ना कि 2-3 बार देखा होगा उ यादगार हॉल 2-3 डॉग्स कुत्ते जड़े आ भी सके तो वह भी उन्होंने ना एक स्पेशली कुत्ता जरूर आके ना जे मैं लम्मा पै तो थोड़ी दूर पै जाना काली कहता कहता तू ना मैं मिलया कहता नीरज तू ना मेरे अगली ना मेरे अगले कहानी का नायक है तू मैं इंस्पायर किया है मैं एक कहानी लिख रहा तो कहानी की सी कहानी नहीं लिखी सिर्फ क्या सिर्फ शीर्षक सुनाना चाहता थे कहानी अच्छा। मैं पूछता मैं कहानी दिखा दे सुना दे कहता नहीं शीर्षक की लिखा थे मैनू मेरा कुत्ता जानता हालात देख के पर असी उत्तों चुकिया थिएटर 95-96 तो और फिर 2000-94 तो ऑनवर्ड्स 96 थिएटर फेस्टिवल 2001 तक जिहड़ी उस तो बाद 2002 तो क्यों नहीं फेस्टिवल फिर संघर्ष किया क्योंकि पहला बाहरों अमृतसरों पठानकोट तो इधरों उधरों टीम बुला के 10-10-12-12 नाटक इतने होंगे रहे फिर उदों इस चीज़ में वो उदों बंद किया जो ये देखा अज हूँ पैरल 5-7-8 थिएटर टीम हो रहा है जिहड़ियां साढ़े तो ही निकलियां स्टाइल आर्ट्स तो ही कुछ सीख के गए करके गए और उस तो बाद हूँ अज वो अच्छा थिएटर कर रहे हैं जी। सर रंगमंच दियां गल्लां चढ़ियां वो असीं जरूर अगे भी कंटिन्यू करांगे पर इत्थे ब्रेक वास्ते रुकांगे, एक ब्रेक तो बाद फिर मिलते हैं। तुसीं देख रहे हो प्रोग्राम गल पंजाब दी। ब्रेक तो बाद एक बार फिर तो स्वागत है साडे प्रोग्राम गल पंजाब दी विच, ते साडे नाल अज साडे मेहमान जुड़े ने नीरज कौशिक जी। पूजा जी रंग जी। बहुत वधिया बन होया अज
ਰੰਗਮੰਚ ਦੇ ਕਲਾਕਾਰ ਜੋ ਸਾਡੇ ਨਾਲ ਅੱਛਾ ਤੁਸੀਂ ਜ਼ਿਕਰ ਕੀਤਾ ਸੀ ਪਿਛਲੀ ਗੱਲ ਦੇ ਵਿੱਚ ਕਚਹਿਰੀ ਦਾ ਕਿ ਕਚਹਿਰੀ ਤੋਂ ਤੁਸੀਂ ਥੀਏਟਰ ਚਲੇ ਜਾਂਦੇ ਸੀਗੇ ਤੇ ਉੱਥੇ ਇੰਤਜ਼ਾਰ ਕਰਦੇ ਸੀ ਤੇ ਇੱਕ ਮੇਰਾ ਪਰਸਨਲ ਸਵਾਲ ਆ ਕਿ ਜਦੋਂ ਕਚਹਿਰੀ ਦੇ ਵਿੱਚ ਹੁਣ ਵਕੀਲ ਹੋ ਤੁਸੀਂ ਜੱਜ ਦੇ ਸਾਹਮਣੇ ਜਦੋਂ ਤੁਸੀਂ ਆਪਣਾ ਕੋਈ ਵੀ ਗੱਲ ਰੱਖਦੇ ਹੋ ਤੇ ਜੱਜ ਨੇ ਕਦੇ ਤੁਹਾਨੂੰ ਕਿਹਾ ਕਿ ਤੁਸੀਂ ਆਪਣੀ ਐਕਟਿੰਗ ਬਾਹਰ ਰੱਖ ਕੇ ਆਓ ਜੱਜਾਂ ਨੇ ਤਾਂ ਇਨਸਪੈਕਟ ਨਹੀਂ ਕਿਹਾ ਲੇਕਿਨ ਵਕੀਲ ਕਈ ਵਾਰੀ ਜਦੋਂ ਉਹਨਾਂ ਨੂੰ ਕੋਈ ਹੋਰ ਤਰਕ ਨਹੀਂ ਮਿਲਦਾ ਗੱਲ ਕਰਦੇ ਕਰਦੇ ਜਾਂ ਆਰਗੂਮੈਂਟ ਦੇ ਵਿੱਚ ਸਾਹਮਣੇ ਸਾਡੇ ਯਾਰ ਦੋਸਤ ਹੀ ਹੁੰਦੇ ਵਕੀਲ ਤਾਂ ਉਹਨਾਂ ਨੂੰ ਜਦੋਂ ਕੋਈ ਲੌਜੀਕਲ ਗੱਲ ਨਹੀਂ ਨਾ ਜਵਾਬਾਂ ਦਾ ਉਹ ਇਹ ਕਹਿੰਦੇ ਸਰ ਜੀ ਇਹ ਤਾਂ ਐਕਟਿੰਗ ਕਰ ਰਿਹਾ ਬਟ ਐਨੀਵੇ ਪਰ ਇਹ ਵੀ ਇੱਕ ਇੰਟਰਸਟਿੰਗ ਹੈ ਸਾਡੇ ਸਾਨੀ ਸਾਹਿਬ ਹੁੰਦੇ ਸੀਗੇ ਹੀ ਰਿਟਾਇਰਡ ਐਜ਼ ਅ ਡਿਸਟ੍ਰਿਕਟ ਜੱਜ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਲੀਗਲ ਏਡ ਸਰਵਿਸਿਜ਼ ਵੀ ਹੈਗੇ ਆ ਤਾਂ ਸੁਰਿੰਦਰ ਸਿੰਘ ਸਾਨੀ ਮੈਂ ਨਵਾਂ ਨਵਾਂ ਮੈਂ ਵੀ ਸੀਗਾ ਉਹਨਾਂ ਦੀ ਵੀ ਉਹ ਸੈਕਿੰਡ ਪੋਸਟਿੰਗ ਸੀ ਜਲੰਧਰ ਦੀ ਫਸਟ ਪੋਸਟਿੰਗ ਸੀਗੀ ਤਾਂ ਮੈਂ ਬਹਿਸ ਕਰਾਂ ਇੱਕ ਮੈਟਰ 'ਤੇ ਉਹ ਮੈਨੂੰ ਇੱਦਾਂ ਦੇਖਣ ਲੱਗ ਪਿਆ ਤਾਂ ਮੈਂ ਥੋੜ੍ਹਾ ਜਿਹਾ ਅਸਹਿਜ ਜਿਹਾ ਹੋ ਗਿਆ ਕਿ ਚੱਕਰ ਕੀ ਆ ਤਾਂ ਮੈਂ ਕਿਹਾ ਸਰ ਕਹਿੰਦੇ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਨਾਂ ਕੀ ਹੈ ਮੈਂ ਕਿਹਾ ਜੀ ਨੀਰਜ ਕੌਰ ਜੀ ਕਹਿੰਦੇ ਇੱਕ ਗੱਲ ਦੱਸੋ ਤੁਸੀਂ ਨਾਟਕਾਂ 'ਚ ਵੀ ਆਉਂਦੇ ਹੋ ਮੈਂ ਕਿਹਾ ਹਾਂਜੀ ਦੂਰਦਰਸ਼ਨ ਦੇ ਹਾਂਜੀ ਮੈਂ ਤਾਂ ਬਹੁਤ ਵਾਰ ਦੇਖਿਆ ਮੈਂ ਕਿਹਾ ਉਦੋਂ ਦੂਰਦਰਸ਼ਨ ਚੱਲਦਾ ਵੀ ਬਾਕੀ ਸੀ 90s ਦੀ ਗੱਲ ਹੈ ਤਾਂ ਦੂਰਦਰਸ਼ਨ ਹੀ ਸੀ ਸਾਰੇ ਦੇਖਦੇ ਪੰਜਾਬੀ 'ਚ ਵੀ ਦੇਖਿਆ ਹਿੰਦੀ 'ਚ ਵੀ ਦੇਖਿਆ ਮੈਂ ਕਿਹਾ ਹਾਂਜੀ ਕਹਿੰਦੇ ਵੀ ਇਹ ਕਿੱਦਾਂ ਜੇ ਬੈਲੈਂਸ ਕਿੱਦਾਂ ਕਰਦੇ ਹਾਂ ਹੈ ਨਾ ਕਿੱਥੇ ਐਡਵੋਕੇਸੀ ਕਿੱਥੇ ਵਕਾਲਤ ਇਹ ਦੋਨੋਂ ਥੋੜ੍ਹੋ ਕਿੱਦਾਂ ਕਰ ਲੈਂਦੇ ਹੋ ਤਾਂ ਮੈਂ ਕਿਹਾ ਸਰ ਇਹ ਤਾਂ ਬਹੁਤਾ ਫਰਕ ਹੈ ਹੀ ਨਹੀਂ ਕਹਿੰਦੇ ਕੀ ਮਤਲਬ ਮੈਂ ਕਿਹਾ ਸੀ ਉੱਥੇ ਕੈਮਰੇ ਦੇ ਜਾਂ ਆਡੀਅੰਸ ਦੇ ਅੱਗੇ ਨਾਟਕ ਕਰਦਾ ਇੱਥੇ ਤੁਹਾਡੇ ਅੱਗੇ ਕਰਦਾ ਉਹ ਇੰਨਾ ਹੱਸੇ ਕਿ ਜਦੋਂ ਇੱਥੋਂ ਗਏ ਜਾਣ ਉਹਨਾਂ ਦੀ ਟ੍ਰਾਂਸਫਰ ਆਈ ਤਾਂ ਮੈਨੂੰ ਸਪੈਸ਼ਲੀ ਬੁਲਾ ਕੇ ਪਿੱਛੇ ਆਪਣੇ ਰਿਟਾਇਰਿੰਗ ਰੂਮ 'ਤੇ ਕਹਿੰਦੇ ਤੇਰੇ ਨਾਲ ਚਾਹ ਪੀਣੀ ਆ ਤੇਰੀ ਗੱਲ ਨਹੀਂ ਮੈਨੂੰ ਭੁੱਲਣੀ ਮਤਲਬ ਇਹ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਬਟ ਇੱਕ ਗੱਲ ਆ ਇਹ ਫੈਕਟ ਵੀ ਆ ਕੋਈ ਵੀ ਪਬਲਿਕ ਡੀਲਿੰਗ ਜਿਹੜੀ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਐਕਟਸ ਸਿਰਫ ਫਰਕ ਇਹ ਆ ਕਿ ਤੁਸੀਂ ਹਾਲੇ ਨਾਟਕ ਕਰਦੇ ਹਾਂ ਜਾਂ ਕਿਤੇ ਕਰਦੇ ਹਾਂ ਉਹਦੇ 'ਚ ਰੀਅਲਿਜ਼ਮ ਫਿਰ ਕਈ ਵਾਰੀ ਘੱਟ ਹੋ ਜਾਂਦੀ ਆ ਪਰ ਜਿਹੜਾ ਤੁਸੀਂ ਪ੍ਰੋਫੈਸ਼ਨ ਦੇ ਵਿੱਚ ਜਦੋਂ ਰੀਅਲ ਹੈ ਉਹ ਐਕਚੁਅਲ ਤੁਹਾਡੀ ਉਹ ਐਕਚੁਅਲ ਐਕਟਿੰਗ ਹੁੰਦੀ ਹੈ ਕਿਉਂਕਿ ਉਹ ਬਦਲੇ ਨੂੰ ਕਰ ਰਹੇ ਹੁੰਦੇ ਆ ਬਿਲਕੁਲ ਸਰ ਆਪਾਂ ਰੰਗਮੰਚ ਦੀ ਗੱਲ ਕਰ ਰਹੇ ਹਾਂ ਪਹਿਲਾਂ ਦਾ ਰੰਗਮੰਚ ਅਤੇ ਹੁਣ ਦੇ ਰੰਗਮੰਚ ਦੇ ਵਿੱਚ ਕੀ ਫਰਕ ਆ ਕਈ ਆਸਪੈਕਟਸ ਦੇ ਹੈਗਾ ਆ ਮੈਂ ਨਾ ਵੈਸੇ ਵੀ ਸ਼ਿਵਾੜਕਰ ਦਾ ਨਾਟਕ ਹੈਗਾ ਆ ਨਟ ਸਮਰਾਟ ਮੈਂ ਜ਼ਰੂਰ ਜਿਹਨਾਂ ਨੂੰ ਰੰਗਮੰਚ ਦਾ ਇੰਟਰਸਟ ਹੋਵੇ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਉਹ ਉਸ ਚੀਜ਼ ਨੂੰ ਕਿਤੇ ਨਾ ਕਿਤੇ ਉਹਨੇ ਛੇੜਿਆ ਵੀ ਹੈ ਇਸ ਗੱਲ ਇੱਕ ਤਾਂ ਪੇਸ਼ਕਾਰੀ ਦੇ ਪੁਆਇੰਟ ਆਫ ਵਿਊ ਨਾਲ ਕਈ ਚੀਜ਼ਾਂ ਥੋੜ੍ਹਾ ਜਿਹਾ ਹਾਈਟੈਕ ਹੋਣ ਦੇ ਕਾਰਨ ਹੈ ਨਾ ਕਈ ਵਾਰੀ ਅਸੀਂ ਉਹਨੂੰ ਸਕਰੀਨਸ ਲਾ ਕੇ ਯੂਜ ਕਰਦੇ ਹਾਂ ਵਿੱਚ ਮੀਡੀਆ ਨਾਲ ਪਾ ਲੈਂਦੇ ਹਾਂ ਕਿ ਵੀ ਟੀ ਵੀ 'ਚ ਕੁਛ ਰਨ ਕਰ ਰਹੇ ਹੋ ਨਾਲ ਵਿੱਚ ਦਿਖਾ ਰਹੇ ਹਾਂ ਔਰ ਠੀਕ ਹੈ ਆਈ ਹੋਪ ਕਈਆਂ ਨੂੰ ਅੱਛਾ ਵੀ ਲੱਗਦਾ ਹੋਏਗਾ ਫਿਰ ਕਿਉਂਕਿ ਡਿਫਰੈਂਟ ਕਲਰਸ ਆ ਗਏ ਡਿਫਰੈਂਟ ਚੀਜ਼ਾਂ ਤੁਸੀਂ ਸਟੇਜ 'ਤੇ ਰੰਗ ਜ਼ਿਆਦਾ ਸਿੱਟ ਸਕਦੇ ਹਾਂ ਪਰ ਉਹਦੇ ਨਾਲ ਨਾ ਇੱਕ ਉਹਦਾ ਇੱਕ ਥੋੜ੍ਹਾ ਜਿਹਾ ਕਾਊਂਟਰ ਇਹ ਵੀ ਆ ਕਿ ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਉਹ ਰੰਗਮੰਚ ਦਾ ਬੇਸਿਕ ਜਿਹੜਾ 9 ਰੰਗ ਹੈ ਨਾ ਜਿਹੜੇ 9 ਰਸ ਜਿਹੜੇ ਐਕਟਰ ਦੇ ਨੇ ਜਿਹੜਾ ਪਰਫੋਰਮਰ ਦੇ ਨੇ ਉਹ ਵੀ ਘੱਟ ਜਾਂਦੇ ਉਹ ਇਫੈਕਟ ਹੋ ਜਾਂਦੇ ਆ ਠੀਕ ਹੈ ਆਫਟਰ ਆਲ ਮੰਚ ਜਿਹੜਾ ਆ ਉਹ ਪਰਫੋਰਮ ਕਰਨ ਲਈ ਆ ਉਹ ਹਾਈਟੈਕ ਕਰਨ ਲਈ ਨਹੀਂ ਆ ਇਹ ਮੇਰਾ ਵਿਊ ਆ ਮੈਂ ਗਲਤ ਹੋ ਸਕਦਾ ਹੈ ਨਾ ਇਸ ਕਰਕੇ ਜਿੱਦਾਂ ਹੁਣ ਤੁਸੀਂ ਜਿਹੜੇ ਦ ਰੀਜ਼ਨ ਵਾਈ ਆਈ ਐਮ ਸੇਇੰਗ ਇਸ ਤੁਸੀਂ ਜਿਹੜੇ 1960s ਤੋਂ ਬਾਅਦ ਸਪੈਸ਼ਲੀ ਐਨਰਜੀ ਤੋਂ ਨਿਕਲੇ ਜਿਹੜੇ 70s 80s ਟੂ 90 ਤੱਕ ਦਾ ਥੀਏਟਰ ਦਾ ਬਲੋਕ ਜਿਹੜਾ ਨਿਕਲਿਆ ਉਹ ਪਾਵਰ ਹਾਊਸ ਪਰਫੋਰਮਰ ਆ ਹੈ ਨਾ ਗੱਲ ਇਕੱਲੇ ਅਮਰੀਸ਼ ਪੁਰੀ ਤੋਂ ਲੈ ਲਓ ਕਿਸੇ ਤੋਂ ਵੀ ਲੈ ਲਓ ਹੈ ਨਾ ਮਤਲਬ ਉਹਨਾਂ ਲੋਕਾਂ ਤੋਂ ਓਮ ਸ਼ਿਵਪੁਰੀ ਤੋਂ ਲਓ ਰਾਦਰ ਹੈ ਨਾ ਮਤਲਬ ਉਹਨੇ ਜੇ ਅਸੀਂ ਅੱਜ ਹਿੰਦੀ ਰੰਗਮੰਚ ਦੇ ਵਿੱਚ ਜੇ ਕਿਸੇ ਬੰਦੇ ਦਾ ਨਾਂ ਐਜ਼ ਐਨ ਐਕਟਰ ਉਹਨੇ ਹਰ ਤਰ੍ਹਾਂ ਦੇ ਕੀਤੇ ਹੋਏ ਆ ਤਾਂ ਉਹਨਾਂ ਤੋਂ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਅਮਰੀਸ਼ ਹੋ ਗਿਆ ਓਮਪੁਰੀ ਹੋ ਗਏ ਨਿਸ਼ਰੂਦੀਨ ਸ਼ਾਹ ਜੀ ਹੋ ਗਏ ਨਵਾਜ਼ੂਦੀਨ ਹੁਣ ਆ ਗਏ ਨਵੇਂ ਆਹ ਮਨੋਜ ਵਾਜਪੇਈ ਹੋ ਗਿਆ ਸਾਰੇ ਦੇ ਆਲ ਆਰ ਪਾਵਰ ਹਾਊਸ ਪਰਫੋਰਮਰਸ ਜੀ ਇਹਨਾਂ ਦੀ ਇੱਕ ਇੱਕ ਗੱਲ ਇੱਕ ਇੱਕ ਲਹਿਜ਼ਾ ਇੱਕ ਇੱਕ ਪੌਜ਼ ਜਿਹੜੀ ਆ ਹੈ ਨਾ ਈਵਨ ਸਾਡੇ ਇੱਥੇ ਪੰਜਾਬੀ ਰੰਗਮੰਚ ਦੇ ਵਿੱਚ ਵੀ ਜਿਹੜੇ ਬੰਦਿਆਂ ਨੇ ਰੰਗਮੰਚ ਜਿਹੜਾ ਕੋਰ ਰੰਗਮੰਚ ਕੀਤਾ ਆ ਉਹਨਾਂ ਨੂੰ ਨਿਰਮਲ ਰਿਸ਼ੀ ਨੂੰ ਅੱਜ ਵੀ ਤੁਸੀਂ ਦੇਖੋ ਕਿੱਦਾਂ ਖੇਡਦੀ ਆ ਜੀ ਬਿਲਕੁਲ ਹੈ ਨਾ ਪੁਰਾਣੇ ਬੰਦੇ ਮੈਂ ਕਹਿੰਦਾ ਚਾਹੇ ਸੁਹਾਵੀ ਸਾਹਿਬ ਇੱਕ ਸਟਾਈਲ ਫੜਿਆ ਆ ਸਰਦਾਰ ਸੋਹੀ
पर पता ना लगता कि सही बोलिया जी मंच बोलिया जी क्योंकि थिएटर दे कलाकारां दे विच अलग ही एक अंदाज होता है, हुंदा है। जे उन्हें लो पिच से भी करनी उन्हें लो पिच भी सामने वाले का बाजा बजा पावर हाउस दी गल कर हाई वोल्टेज ते जाना है ना उनु उनु गुगु गिल प्रयोगराज बनन दी लोड ही नहीं वो बोने हो जाने आई एम सॉरी मैं किसी नु बोना उदा नहीं कर रहा पर एक फॉर्मल ट्रेनिंग वाले एक ओसे रंगमंच दे करैक्टर के निर्मल ऋषि मैडम वर्गे जेड़े होंगे या जिन्होंने रंगमंच नु उस ढंग नाल उस है ना इवन मंगल ढिल्लों फॉर दैट मैटर उस आवाज ओदी बंदे दी देखो या और भी जेड़े रंगमंच चो निकले आ वो गुगु गिल ने बहुत इंप्रूव किया है कोई शक नहीं योगराज जी ने भी अपने पर कितने ना कितने अपने स्टाइल्स दे जी बंदेश च फस जाते हैं उस तो बाहर निकलना कई बार थोड़ा जा औखा जा हो जाता लेकिन रंगमंच दे भी तो उन्होंने तैयारी ये किया कि तुम रबड़ो कदी कुछ बनते हो कदी कोई कुछ बनते हो कदी कुछ बनते हो तुम एक चीज से रह ही नहीं सकते कि मतलब जो रंगमंच का कलाकार है जिदा मैं अक्सर सुनिया भी है जां मैं थोड़े नाल भी प्ले किए ने ते हमेशा एक गल आखी जाती है कि रंगमंच के कलाकार नू कच्ची मिट्टी होना चाहिए आ जिस तरीके नाल भी उसनू तुसी ढालना चाहो उसनू ढाल सकते हो बिल्कुल बिल्कुल जी रंगमंच का डायरेक्टर लई भी हमेशा जिहड़ा भी एक्टर जिहड़ा मर्जी वड्डा एक्टर होवे जिदों सीखना आया या जिदों प्ले करना आया कोई नवी स्क्रिप्ट पढ़ी है वो क्लीन स्लेट बन के एकदम साफ किच्ची मिट्टी बन के आवे क्योंकि लेखक ने कुछ लिखे आया जी। निर्देशक ने उस चीज़ को फड़िया है ऑडियंस नो चीज पहुंचानी है जी ये दोनों ओदी चीज इन्हें फड़ के वो जब तक वो मिट्टी टालदा नहीं उत्थे पहुंचनी नहीं जी वो तस्वीर तद तक नहीं पहुंचनी जब तक वो जे वो अपने ही उत्ते बैठा आ है ना तो इन तोड़ते बेचारे डायरेक्टर की बखी टुट जाती है उन्होंने इदा ही होना जबकि इदा की लोड़ नहीं है बिल्कुल सो वो जी एक मतलब रंगमंच के डिसिप्लिन क्यों किया जाता क्यों वो सानू यह चीज़ सीखी सीखनी पैंती है सिखाई जाती है कि की किरदार है किरदार की की लिमिटेशन है कितों कितने बोलना की उच्चा की ना तुम एक नौ रंग 64 पार मल्टीप्लाई करके देख लो कितने तक पहुँचती गल किनिया डायमेंशंस ने जी बिल्कुल बिल्कुल कौन फड़ लूगा जी इट्स नॉट इजी पर कहानी सिर्फ ये है कि ये इतना औखा बने मैं वही मेरे जिदा इसे क्या कहिए नाटक का जरा निर्देशक है ना महसूस कर कर बोलो अंदर से बोलो भीतर से बोलो एक्चुअली एक बार भीतर भीतर से है ना अंदरों बोलना शुरू कर दें महसूस करना शुरू कर देना करैक्टर भी अपने आप आ जाता बिल्कुल ठीक है ना सो एक्टिंग दे कुछ कई वो भी चीज़ा है जड़िया के पैरल आ चाहे थिएटर आ चाहे वह फिल्म आ चाहे हुआ और ऐसी करके फिल्मों के भी नॉर्मली असी उन्होंने डायरेक्टर कह देंगे यार थिएटर ना कर पर जो उन्होंने कास्टिंग करनी हो यार वो थिएटर उन्होंने किया वो बंदा उन्होंने पढ़ो थिएटर वाले नु ज्यादा प्रेफरेंस बिल्कुल देंगे कारण ये जो कहते थिएटर ना कर उसका कारण ये कि जे मैं भी इतने बोल रहा हूँ क्लोजअप फड़िया राइट पर मेरे हाथ तो हिल रहे हैं बिल्कुल हूँ मैं एक्ट थोड़ा उस पॉइंट ऑफ व्यू ना कर रहा तो जे हूँ वो बिल्कुल टाइट आ और मैं बोली जा रहा मेरे हाथ है लोगों को सवाल मेरा पता लगना जी पर रंगमंच ओदी एक मीडियम कि ऑडियंस दूर है जी उदों जेस्चर्स वाइड होने हैं बिल्कुल उदों ओदी नीड है जी क्लोजअप मीडिया दी होर नीड है बिल्कुल जदों उन्हें वाइड शॉट लेना या मिड शॉट लेना उदों वो चीज़ा वाइड भी चाहिए क्योंकि के कला रंगमंच का कलाकार कई बारी ओहो फिल्म दी टेक्निक नु जानदा नहीं सर माफ करना तन्नू इत्थे रोक रहा आपां राइटर दी भी गल कीती आपां एक्टर दी भी गल कीती गल करदे करदे अपने आप इन्हां दा डायरेक्टर बाहर आ गया क्योंकि डायरेक्टर भी ने बिल्कुल डायरेक्टर भी ने इसे करके ते फिर जिद्दां हुण आपां गल करदे थोड़ी फैमिली दी कि जिस तरह थोड़े पिता जी ने थोनू एक्टिंग वाल जान तो किते ना किते रोकिया जरूर सी ते हुण अगे थोड़े बच्चे ने तुसी उन्हां नू कदे रोकिया है एक्टिंग वाल जान तो या फिर उन्हां नू पूरी खुली छुट्टी दित्ती है कि तुसी अपनी मर्जी दा काम कर सकदे मेरी बिटिया बॉम्बे जर्नलिज्म दा कर रही थी जी तां उन्हूं मौका उत्थे मिलिया एक प्ले दा है ना वो इत्थे करदी रही है बहुत अच्छा इनफैक्ट चीज साडे घर दे विच जो मैं समझ नितान तक खैर चलो उसकी कहानी मैं नाल दसदा लेकिन उस क्योंकि छोटे बच्चे तो देखते देखते उस बंदे ने अपनी अलग ही पहचान बना ली बट मंसनी का यह सगा कि जर्नलिज्म दे विच हुंदा आ यूथ फैसटिवल्स जिदा यूथ फैसटिवल होते हुंदे आ उन्हें भी अपने कॉलेज नू रिप्रजेंट करना सगा तो सिर्फ इस करके उस लड़की नू ये ना लगे कि मैं कल्ली हाँ तो आई टुक अ फ्लाइट आई वेंट देयर सिंपली टू सी दैट प्ले यू सी ताकि ए ए ना आवे
कि मैं लड़कियां या वो आ या मैनू इंपोर्टेंस नहीं मिलेगी या थिएटर है ना, मैं अपने वालों कभी किसी बच्चे नू रिस्ट्रिक्ट नहीं करता, रिस्ट्रिक्शन नहीं लाना चाहता है ना। नितांत बहुत शाही लड़का सेगा मेरा बेटा और बहुत वो कुछ बोलता नहीं सी, तो उसके टीचर ने उसके क्लास टीचर ने कहा पेरेंट टीचर मीट दे कि इदा जी 15 अगस्त आ रही है, इन कुछ उदा कुछ बुला दियो थोड़ा बहुत, ये बिल्कुल नहीं बोलता किसी अपने क्लास नाल भी मिक्स नहीं होंदा, पता नहीं किस गल दे अपने आप ही रहिंदा है। नाटक ही देखता सीगा चलो मैं करना आता सी, हुण बड़े इदा ध्यान इदा करके देखता चलो कदे कदी मेरे को जो फोटो आई हैं तो मैं फेसबुक पर पाई भी होने दीदी दे, हमेशा वो स्टाइल है टिपिकल, तो ऑब्जरवेशन हैगी सो आई रियलाइज के ये ऑब्जरवेशन है। इनू मैं एक पैराग्राफ दिता गांधी ते महात्मा गांधी ते जी, इसने वो बोलिया और प्रेयर च बुलाता, पहला क्लास टीचर नू बहुत चंगा लगा प्रेयर च बुलाता, फस्ट की गल आ तो सैकेंड दे विच इहदी हैडमिस्ट्रेस नू इन्नी इहदे च टैलेंट नज़र आया कि इनू होस्ट करवाता एनुअल फंक्शन। वाह, उस तो बाद इस मुंडे ने चाहे वह डिबेट है डैक्लामेशन आ पोएम रजिस्ट्रेशन आ मोनो एक्टिंग आ उतो चलते चलते वो अपनी लोकल लैवल से या जलंधर के भी इन्नी पंजाब लैवल से भी स्कूल इंटर स्कूल के कंपीटिशन वो इन्नी बनी कि जी वाले जोड़े इंडिया बेस्ट ड्रामेबाज आ उत्थे तक भी टैलेंट हंट वाले जोड़े कर आते हैं, सानू फोन आता कि जी यदि ऑडिशन जरूर कराइयो, ठीक है, और चलो ऑडिशन हो गई वो भी 10 लैवल के करके 78,000 ऑडिशन करन तो बाद मैगा ऑडिशन तक पहुंचा, मैगा फिकता एंड ऑल दैट, ही बिकेम इंडिया बेस्ट ड्रामेबाज, सीजन 2 का फाइनलिस्ट होया, फिर लव वेयर मेन सीरियल ने बिग मैजिक दा कीता, राधा कृष्ण दे विच तोत कृष्ण दा कीता, अज पिछे राम सिया के लव कुश लॉकडाउन तो पहला खत्म होया जिहड़ा उहदे च धीरा दा मेजर करैक्टर कीता, सो उहने एक अपनी पहचान बना ली। एक लड़का जरा बिल्कुल शाही सेगा, जदों उन्हें अपना उन्हों ये पता लगा तो मैं उन्हों नहीं रोकदा। अच्छा हुण उन्हां मज़ेदार गल की हुंदी है, ये रिवर्सल ऑर्डर है, मैं पिता जी तो डरदा सी कह नहीं सकिया उन्हों पढ़ाई का बहुत शौक है और टॉपर भी आ जी, हुण जदों भी कोई ऑडिशन आती है कुछ आती उन्हें पढ़ना हुंदा मैं कहना तैयार कर ली, वो मेरे तो डरता कि कितने पापा नाराज ना हो मैं तैयार करना पैना मेरा कल टेस्ट भी है, तो फिर उसकी माँ मैं कहती है कि इन हाले अज ना कही ऑडिशन कल दे दूंगा या तुम करना होगा बाद तैयार करके दे दूंगा पहला तुम इन पेपर दे ले। ये भी बहुत सोहनी गल है कि तुम अपने बच्चों को समझा और अगे जो भी उन्होंने अंदर टैलेंट सी उन्होंने अगे लैके आंदा। तो सर गल्लां बातां होर भी बहुत ने, तो थोड़े नाल तां गल्लां मैनूं लगदा साडियां खत्म ही नहीं हो सकदियां, पर साडे कोल समा जिहड़ा आ हुण सानूं इजाजत नहीं दे रहा, घट है समा, तो मैनूं लगदा कि असीं एक वारी फिर थोड़े नाल मुलाकात करांगे इक एपिसोड दे विच, ते बहुत बहुत शुक्रिया तुसीं अज साडे स्टूडियो दे विच आए हो, अपना जिहड़ा कीमती समा साडे नाल सांझा कीता है, रंगमंच दीआं गल्लां कीतीआं ने, ते असल दे विच कलाकारां नूं जिस दी लोड़ है उहदे बारे असीं गल्लां कीतीआं ने, ते मैनूं लगदा है कि जिन्ने भी रंगमंच के कलाकार इस एपीसोड नू देखणगे उन्होंने अंदरलियां उम्मीदां जड़ियां ने ओ जागणगियां रंगमंच नू लैके। सर बहुत बहुत शुक्रिया, ਪੰਜਾਬੀ ਨੈਸ਼ਨਲ ਟੀਵੀ।